ਸੂਰਜ ਚੜ੍ਹੈ ਹਜ਼ਾਰ, ਏਤੇ ਚਾਨਣ ਹੁੰਦੇ ਆ ਗੁਰ ਬਿਨ ਘੋਰ ਅੰਧਾਰ, ਸੁਖ ਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ, ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸ ਹੋ ਕੁਰਸਾ ਹੋ ਝਟੀਐ, ਤੁਧ ਜਿਠੇ ਸੱਚੇ ਪਾਤਸ਼ਾਹ, ਮਨ ਜਨਮ ਜਨਮ ਦੀ ਕੱਟੀਐ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਅੰਧਕਾਰ ਸਿਮਰਤ ਪ੍ਰਕਾਸ਼ਨ, ਗੁਣ ਰਮੰਤ ਅਗ ਖੰਡਨ ਹੈ, ਰਿਧ ਬਸੰਤ ਪੈ ਪੀਤ ਦੂਤ ਹੈ, ਕਰਮ ਕਰਤ ਮਹਾ ਨਿਰਮਲੈ, ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਘ ਦਰਸਨੈ, ਸਰਨ ਜੋਗਮ ਸੰਤ ਪ੍ਰੇਯ ਨਾਨਕ, ਸੋ ਭਗਵਾਨ ਖੇਮਨ ਕ੍ਰੋਤ, ਜਨਮ ਮਰਨ ਰਹੰਤ ਸਰੋਤਾ, ਸੁਖ ਸਮੂਹ ਅਮੋਘ ਦਰਸਨ ਹੈ, ਸਰਨ ਜੋਗਮ ਸੰਤ ਪ੍ਰੇਯ ਨਾਨਕ, ਸੋ ਭਗਵਾਨ ਖੇਮਨ ਕ੍ਰੋਤ। ਗੁਰੂ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਵਿੱਚ ਹਾਜ਼ਰੀਨ ਸਾਧ ਸੰਗਤ ਜੀ, ਕਲੰਗੀ ਧਰ ਦਸਮੇਸ਼ ਪਿਤਾ ਸਰਬੰਸ ਦਾਨੀ ਸੱਚੇ ਪਾਤਸ਼ਾਹ ਜੀ ਵੱਲੋਂ ਬਖਸ਼ੀ ਗੁਰੂ ਫਤਿਹ ਪ੍ਰਵਾਨ ਕਰਦਿਆਂ ਆਪੋ ਆਪਣੇ ਸੀਸ ਝੁਕਾਓ। ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬਾ ਅਦਬ ਪ੍ਰੇਮ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਅਤਿ ਸਨਮਾਨਯੋਗ ਕੀਰਤਨੀਏ ਭਾਈ ਜਤਿੰਦਰ ਸਿੰਘ ਜੀ, ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ, ਜਿਨ੍ਹਾਂ ਨੇ ਰਸ ਭਿੰਨਾ ਕੀਰਤਨ ਅਸਾਂ ਨੂੰ ਸਰਵਣ ਕਰਵਾਇਆ ਹੈ, ਭਾਈ ਸਾਹਿਬ ਜੀ ਦੇ ਸਮੁੱਚੇ ਜਥੇ ਨੂੰ ਗੁਰ ਅਸਥਾਨ ਵੱਲੋਂ, ਸੰਗਤਾਂ ਵੱਲੋਂ, ਪ੍ਰਬੰਧ ਵੱਲੋਂ ਜੀ ਆਇਆ ਕਹਿੰਦੇ ਹਾਂ। ਤਕਰੀਬਨ ਇੱਕ ਮਹੀਨੇ ਵਾਸਤੇ ਇਹ ਗੁਰੂ ਪਿਆਰੇ ਇਸ ਅਸਥਾਨ 'ਤੇ ਗੁਰਬਾਣੀ ਕੀਰਤਨ ਦੀ ਸੇਵਾ ਹਿੱਤ ਪਹੁੰਚੇ ਆ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਡੇ ਸਾਰਿਆਂ ਦੇ ਸਿਰ ਉੱਪਰ ਮਿਹਰਾਂ ਭਰਿਆ ਹੱਥ ਰੱਖ ਕੇ ਦਰ ਘਰ ਦੀ ਚਾਕਰੀ ਭਾਵੋ ਭਾਵਣੀ ਸ਼ਰਧਾ ਅਤੇ ਪ੍ਰੇਮ ਦੇ ਨਾਲ ਕਰਵਾ ਲੈਣ, ਇਹ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਹੈ। ਆਓ, ਜਿੱਥੇ ਸਹਿਸਕ੍ਰਿਤੀ ਸਲੋਕਾਂ ਦੀ ਕਥਾ ਨਿਰੰਤਰ ਸੰਧਿਆ ਦੀਵਾਨਾਂ ਵਿੱਚ ਜਾਰੀ ਹੈ, ਅਤੇ ਅੱਜ ਵਿਸ਼ੇਸ਼ ਕਰਕੇ ਨੌਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ
ਤਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਹੈ। ਸੋ ਸਭ ਤੋਂ ਪ੍ਰਥਮ ਸਮੂਹ ਸੰਗਤਾਂ ਨੂੰ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਵਣ। ਜਦੋਂ ਅਸੀਂ ਨੌਵੇਂ ਪਾਤਸ਼ਾਹ ਜੀ ਦਾ ਜੀਵਨ ਵੇਖਦੇ ਹਾਂ, ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਪਹਿਲੀ ਵਾਰ, ਉਹ ਸ੍ਰੀ ਦਰਬਾਰ ਸਾਹਿਬ ਹੈ। ਭਾਦਰੋ ਸੁਦੀ ਏਕਮ ਸੰਨ 1604 ਨੂੰ ਗੁਰੂ ਅਰਜਨ ਮਹਾਰਾਜ ਜੀ ਦਾ ਹੁਕਮ ਪਾ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ 98 ਸਾਲ ਦੀ ਉਮਰ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਬਿਆ ਬਹਿ ਕੇ ਜੋ ਸ੍ਰੀ ਮੁਖ ਵਾਕ ਲਿਆ ਸੀ, ਉਹ ਸੀ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਸੁਭਾਗਾ ਦਿਨ ਸੀ ਜਿਸ ਦਿਨ ਸ਼ਬਦ ਦਾ ਪ੍ਰਕਾਸ਼ ਹੋਇਆ। ਉਹ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਹੈ ਅਤੇ ਸ੍ਰੀ ਦਰਬਾਰ ਸਾਹਿਬ ਵਾਲੀ ਥਾਂ ਹੈ। ਉੱਥੇ ਹੀ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੁੰਦਾ ਹੈ, ਅਪ੍ਰੈਲ 1621 ਵਿੱਚ। ਦੂਸਰਾ ਪਹਿਲੂ ਹੈ ਜਿੱਥੇ ਖਾਲਸਾ ਪੰਥ ਦਾ ਪ੍ਰਕਾਸ਼ ਹੋਇਆ। ਖਾਲਸਾ ਪੰਥ ਸਾਜਿਆ ਮਹਾਰਾਜ ਨੇ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੋਇਆ। ਅੱਜ ਵੀ ਦੇਖਦੇ ਹਾਂ ਅਸੀਂ ਗੁਰਦੁਆਰਾ ਸੀਸਗੰਜ ਸਾਹਿਬ, ਗੁਰੂ ਮਹਾਰਾਜ ਜੀ ਦਾ ਸੀਸ ਭਾਈ ਜੈਤਾ ਲੈ ਕੇ ਉਹ ਸ੍ਰੀ ਅਨੰਦਪੁਰ ਸਾਹਿਬ ਪਹੁੰਚਿਆ ਸੀ, ਪੰਜ ਪੜਾਅ ਕਰਦਾ ਹੋਇਆ। ਜਿੱਥੇ ਖਾਲਸਾ ਪੰਥ ਦਾ ਪ੍ਰਕਾਸ਼ ਹੈ, ਉੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸੀਸ ਦਾ ਸੰਸਕਾਰ ਹੈ। ਸੀਸ ਉੱਥੇ ਆਇਆ ਮਹਾਰਾਜ ਜੀ ਦਾ। ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ, ਉੱਥੇ ਹੀ ਨੌਵੇਂ ਪਾਤਸ਼ਾਹ ਜੀ ਦਾ ਪ੍ਰਕਾਸ਼ ਹੈ, ਉਹ ਮਹਾਨ ਧਰਤੀ 'ਤੇ। ਕਿਉਂਕਿ 10 ਪਾਤਸ਼ਾਹੀਆਂ ਵਿੱਚੋਂ ਇੱਕੋ ਗੁਰੂ ਨੇ, ਨੌਵੇਂ ਪਾਤਸ਼ਾਹ, ਜਿਨ੍ਹਾਂ ਦਾ ਪ੍ਰਕਾਸ਼ ਦੇਹ ਰੂਪ ਵਿੱਚ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ 'ਤੇ ਹੁੰਦਾ, ਤਾਂ ਉਹਨਾਂ ਨੂੰ ਆਪਾਂ ਕੀ ਬੋਲਦੇ ਹਾਂ? ਪ੍ਰਗਟ ਭਏ ਗੁਰ ਤੇਗ ਬਹਾਦਰ, ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਰਮ ਧਰਮ ਕੀ ਜਿਨ ਪਤ ਰਾਖੀ, ਪ੍ਰਗਟ ਭਈ ਕਲ ਯੁਗ ਮੈਂ ਸਾਖੀ। ਉਹ ਨੇ ਧਰਮ ਦੀ ਚਾਦਰ, ਨਾ ਕਿ ਹਿੰਦ ਦੀ ਚਾਦਰ। ਇਹ ਗੁਰੂ ਦੀ ਵਡਿਆਈ ਨੂੰ ਬਹੁਤ ਛੋਟਾ ਕਰਨਾ ਹੈ, ਸੀਮਤ ਕਰਨਾ ਹੈ। ਅਤੇ ਧਰਮ ਦੀ ਚਾਦਰ ਹੈ ਇਹ ਗੁਰੂ ਦੀ ਵਡਿਆਈ ਸਾਕਸ਼ਾਤ ਸਾਡੇ ਸਨਮੁੱਖ ਪ੍ਰਗਟ ਕਰਦੀ ਹੈ। ਚਾਦਰ ਦਾ ਕੀ ਭਾਵ ਹੈ? ਤਿੰਨ ਚਾਰ ਤਰ੍ਹਾਂ ਦੀਆਂ ਚਾਦਰਾਂ ਨੇ। ਇੱਕ ਚਾਦਰ ਹੁੰਦੀ ਹੈ ਜੀ ਧਨ ਦੌਲਤ ਦੀ। ਕਿਸੇ ਦਾ ਘਰ ਗਰੀਬ ਹੋਵੇ, ਘਰ ਦੇ ਵਿੱਚ ਕੁਝ ਖਾਣ ਨੂੰ ਨਹੀਂ, ਪਹਿਨਣ ਨੂੰ ਨਹੀਂ, ਅਤੇ ਦੂਜੇ ਪਾਸੇ ਕਿਸੇ ਨੂੰ ਰੱਬ ਨੇ ਚੋਖਾ ਪਦਾਰਥ ਦਿੱਤਾ, ਚੰਗੇ ਭੰਡਾਰੇ ਨੇ ਪਦਾਰਥਾਂ ਦੇ, ਅਤੇ ਦਿਲ ਵੀ ਮਹਾਰਾਜ ਨੇ ਵੱਡਾ ਦਿੱਤਾ। ਕਿਉਂਕਿ ਬੰਦਾ ਪਦਾਰਥ ਕਰਕੇ ਵੱਡਾ ਨਹੀਂ ਹੁੰਦਾ, ਬੰਦਾ ਦਿਲ ਕਰਕੇ ਵੱਡਾ ਹੁੰਦਾ। ਕਈ ਵਾਰੀ ਅਸੀਂ ਵੱਡੇ ਘਰ ਵੇਖ ਕੇ, ਵੱਡੀਆਂ ਗੱਡੀਆਂ, ਵੱਡੀਆਂ ਪਦਵੀਆਂ, ਮਹਿੰਗੇ ਕੱਪੜੇ, ਲਿਸ਼ਕ ਪੁਸ਼ਕ ਵੇਖ ਕੇ ਕਹਿੰਦੇ ਹਾਂ ਜੀ ਬੰਦਾ ਬਹੁਤ ਵੱਡਾ ਹੈ। ਪਰ ਨਹੀਂ, ਵੱਡਾ ਹੁੰਦਾ ਬੰਦੇ ਦਾ ਦਿਲ, ਨੀਅਤ। ਗੁਰੂ ਨਾਨਕ ਮਹਾਰਾਜ ਨੂੰ ਕਿਹਾ ਸੀ ਨਾ ਸਿੱਧਾਂ ਨੇ, ਬਾਬਾ ਤੁਸੀਂ ਕਹਿੰਦੇ ਹੋ ਕਿਰਤ ਕਰੋ, ਨਾਮ ਜਪੋ ਅਤੇ ਵੰਡ ਕੇ ਛਕੋ। ਮਹਾਰਾਜ ਜੀ ਕਹਿੰਦੇ ਹਾਂ।
ਕਹਿੰਦੇ ਲੈ ਤੈਨੂੰ ਇੱਕ ਤਿਲ ਦਿੱਤਾ ਤੇ ਵੰਡ ਕੇ ਦਿਖਾ। ਇੱਕ ਤਿਲ, ਪਾਤਸ਼ਾਹ ਕਹਿੰਦੇ ਵੰਡਣ ਦੀ ਨੀਅਤ ਹੋਵੇ ਤਿਲ ਵੀ ਵੰਡਿਆ ਜਾ ਸਕਦਾ। ਕਹਿੰਦੇ ਕਿਵੇਂ? ਪਾਤਸ਼ਾਹ ਕਹਿੰਦੇ ਲਿਆਓ ਭੂੰਡੀ ਸੋਟਾ। ਮਹਾਰਾਜ ਨੇ ਵਿੱਚ ਰੱਖ ਲਿਆ ਜੀ ਤਿਲ, ਪਾਣੀ ਪਾ ਕੇ ਘੋਟ ਕੇ ਕਹਿੰਦੇ ਛਕੋ, ਹੱਥ ਜੋੜ ਲਿਆ ਉਹਨਾਂ ਨੇ। ਕਹਿੰਦੇ ਤਾਂ ਪਤਾ ਨਹੀਂ ਸੀ ਵੀ ਐਂ ਵੀ ਹੋ ਜਾਂਦਾ ਹੁੰਦਾ। ਸੋ ਗੁਰੂ ਸਰਵਗ ਹੈ, ਗੁਰੂ ਨੂੰ ਕੋਈ ਜਿੱਤ ਨਹੀਂ ਸਕਦਾ। ਪਾਤਸ਼ਾਹ ਕਹਿੰਦੇ ਵੰਡਣ ਦੀ ਨੀਅਤ ਹੋਵੇ ਇੱਕ ਤਿਲ ਵੀ ਵੰਡਿਆ ਜਾ ਸਕਦਾ। ਵੰਡਣ ਦੀ ਨੀਅਤ ਨਾ ਹੋਵੇ, ਬੇਸ਼ੁਮਾਰ ਪਦਾਰਥ ਹੋਣ ਬੰਦੇ ਦੇ ਘਰ ਵਿੱਚ, ਉਹ ਗਲ ਸਕਦੇ ਨੇ, ਪਰ ਬੰਦਾ ਕਿਸੇ ਨੂੰ ਖਾਣ ਵਾਸਤੇ ਨਹੀਂ ਦਿੰਦਾ। ਰਹੋ ਵਿਚਾਰ, ਇੱਕ ਚਾਦਰ ਹੁੰਦੀ ਹੈ ਧਨ ਪਦਾਰਥ ਦੀ, ਕਿਸੇ ਕੋਲ ਘਰ ਘਾਟ ਹੈ ਨਹੀਂ, ਪਦਾਰਥ ਨਹੀਂ, ਗਰੀਬੀ ਹੈ, ਗੁਰਬਤ ਹੈ, ਉਹਦਾ ਬੱਚਾ ਪੜ੍ਹਾਤਾ ਜਾਂ ਉਹਨੂੰ ਦਵਾਈ ਬੂਟੀ ਦੇ ਤੀ, ਉਹਨੂੰ ਕੱਪੜੇ ਲੈ ਕੇ ਦੇ ਤੇ, ਕੁਝ ਖਾਣ ਨੂੰ ਲੈ ਕੇ ਦੇ ਦਿੱਤਾ, ਤਾਂ ਬੰਦਾ ਕਹਿੰਦਾ ਵੀ ਤੂੰ ਤਾਂ ਮੇਰੇ 'ਤੇ ਚਾਦਰ ਪਾ ਤੀ ਅਤੇ ਮੇਰੀ ਪੱਤ ਤੂੰ ਢੱਕ ਲਈ। ਇੱਕ ਚਾਦਰ ਹੁੰਦੀ ਹੈ ਧਨ ਪਦਾਰਥ ਦੀ। ਇੱਕ ਚਾਦਰ ਦਾ ਜ਼ਿਕਰ ਹੈ, ਜਦੋਂ ਮੁਲਤਾਨ ਦੀ ਧਰਤੀ 'ਤੇ ਹਰਨਾਕਸ਼ ਨੇ ਆਪਣੇ ਸਕੇ ਪੁੱਤਰ ਪ੍ਰਹਿਲਾਦ 'ਤੇ ਕਹਿਰ ਕੀਤਾ, ਬਹੁਤ ਵਾਰੀ ਤੁਸੀਂ ਇਤਿਹਾਸ ਸੁਣੇ ਆ, ਮੈਂ ਇਤਿਹਾਸ ਨਹੀਂ ਸੁਣਾਉਣਾ, ਤਾਂ ਉਹ ਵਕਤ ਹਰਨਾਕਸ਼ ਦੀ ਭੈਣ ਸੀ ਹੋਲਕਾ, ਜੋ ਉਹਨਾਂ ਦੇ ਇਤਿਹਾਸ ਵਿੱਚ ਲਿਖਿਆ। ਉਹਦੇ ਕੋਲ ਇੱਕ ਚਾਦਰ ਸੀ, ਭਗਤੀ ਕਰਕੇ ਲਈ ਸੀ ਜੀ ਉਹਨੇ ਚਾਦਰ, ਅਤੇ ਵਰਸੀ ਕਹਿੰਦੇ ਉਹਨੂੰ ਮਿਲਿਆ ਹੋਇਆ ਹੋਲਕਾ ਨੂੰ ਵੀ ਜੀ, ਅਤੇ ਆਪਣੇ ਤਨ 'ਤੇ ਚਾਦਰ ਪਾ ਕੇ ਕਿਸੇ ਦੇ ਭਲੇ ਵਾਸਤੇ, ਜੇ ਤੂੰ ਅੱਗ ਵਿੱਚ ਵੀ ਚਲੀ ਜਾਵੇਂ ਤੇਰਾ ਸਰੀਰ ਸੜੇਗਾ ਨਹੀਂ। ਪਰ ਹੋ ਗਿਆ ਸੀ ਕੰਮ ਉਲਟ, ਉਹ ਆਪਣੇ ਭਤੀਜੇ ਨੂੰ ਲੈ ਕੇ ਨਾ ਚਾਦਰ ਓੜ ਕੇ ਜਦੋਂ ਚਿਖਾ 'ਚ ਬੈਠੀ ਸੀ, ਪ੍ਰਹਿਲਾਦ ਬਚ ਗਿਆ ਸੀ ਅਤੇ ਹੋਲਕਾਂ ਖਤਮ ਹੋ ਗਈ ਸੀ। ਕਿਉਂਕਿ ਇਹ ਅੱਗ ਵਾਹਿਗੁਰੂ ਜੀ ਦੇ ਭੈ 'ਚ ਹੈ ਅਤੇ ਪਰਮਾਤਮਾ ਆਪਣੇ ਪਿਆਰੇ ਨੂੰ ਪਿਆਰ ਬਹੁਤ ਕਰਦਾ ਹੈ। ਭਗਤ ਤੇਰਾ ਮਨ ਭਾਵ ਦੇ, ਦਰਸੋਣ ਕੀਰਤ ਗਾਵ ਦੇ, ਹਰ ਯੁਗ ਯੁਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜ। ਫਿਰ ਤੁਸੀਂ ਆਪਣੀ ਦ੍ਰਿਸ਼ਟੀ ਨੂੰ ਲੈ ਕੇ ਜਾਓ ਦੁਆਪਰ ਯੁਗ 'ਚ, ਉੱਥੇ ਵੀ ਇੱਕ ਚਾਦਰ ਦਾ ਜ਼ਿਕਰ ਹੈ। ਉਹ ਕਿਹੜੀ ਚਾਦਰ ਹੈ ਜੀ? ਉਹ ਚਾਦਰ ਸੀ ਦ੍ਰੋਪਦੀ ਦੀ। ਇੱਕ ਪਾਸੇ ਨੇ ਕੌਰਵ, ਇੱਕ ਪਾਸੇ ਨੇ ਪਾਂਡਵ, ਘਰੇਲੂ ਝਗੜਾ ਸੀ। ਤਾਂ ਭਾਈ ਗੁਰਦਾਸ ਸਾਹਿਬ ਜੀ ਦਾ ਵਚਨ ਹੈ, ਅੰਦਰ ਸਵਾ ਦੁਸ਼ਾਸਨ ਹੈ ਮਥੇ ਵਾਲ ਦ੍ਰੋਪਦੀ ਆਂਦੀ, ਦੂਤੈ ਨੂੰ ਫਰਮਾਇਆ ਨੰਗੀ ਕਰੋ ਪੰਚਾਲੀ ਬਾਂਦੀ। ਸਿਰਫ ਇੱਕ ਸ਼ਬਦ ਦਾ ਇਹ ਫੈਲਾ ਸੀ, ਸ਼ਬਦ ਦਾ ਵਰਤਾ ਸੀ, ਇਹ ਸ਼ਬਦ ਦਾ ਅਸਰ ਸੀ। ਸ਼ਬਦ ਇੱਕੋ ਹੀ ਹੁੰਦਾ, ਆਹੋ ਅਤੇ ਹਾਂਜੀ, ਅਰਥ ਤਾਂ ਇੱਕੋ ਹੀ ਨਿਕਲਦਾ ਨਾ, ਆਹੋ ਅਤੇ ਹਾਂਜੀ, ਪਰ ਤਸੀਰ ਵਿੱਚ ਫਰਕ ਹੈ ਇਹਦੇ। ਅਤੇ ਦ੍ਰੋਪਦੀ ਨੇ ਕੀ ਬੋਲਿਆ ਸੀ? ਅੰਨਿਆਂ ਦੇ ਘਰ ਅੰਨੇ ਜੰਮੇ। ਇੱਥੋਂ ਹੀ ਮਹਾਂਭਾਰਤ ਹੋਈ ਹੈ, ਜੀਵ ਦੇ ਇੱਕ ਸ਼ਬਦ ਨੇ ਮਹਾਂਭਾਰਤ ਕਰਾਤੀ ਸੀ। ਤਾਂ ਕਰਕੇ ਪਾਤਸ਼ਾਹ ਕਹਿੰਦੇ ਨੇ ਵੀ ਜਦੋਂ ਬੋਲੋ ਸੋਚ ਕੇ ਬੋਲੋ, ਤੋਲ ਕੇ ਬੋਲੋ, ਘੱਟ ਬੋਲੋ ਅਤੇ ਮਿੱਠਾ ਬੋਲੋ। ਇਹ ਗੁਰਮਤਿ ਦਾ ਸਿਧਾਂਤ ਹੈ, ਮਿੱਠਾ ਬੋਲੋ, ਘੱਟ ਬੋਲੋ, ਸੋਚ ਕੇ ਬੋਲੋ, ਅਤੇ ਜਦੋਂ ਬੋਲੋ ਫਿਰ ਨਿੱਗਰ ਬੋਲੋ, ਐਵੇਂ ਹੀ ਨਹੀਂ ਵੀ ਤੁਹਾਡੀ ਜ਼ੁਬਾਨ ਚੱਲੀ ਜਾਏ। ਤਾਂ ਉਹ ਵਕਤ ਜਦੋਂ ਹੁਕਮ ਹੋ ਗਿਆ ਕਿ ਹੁਣ ਦ੍ਰੋਪਦੀ ਨੂੰ ਲੈ ਕੇ ਆਓ, ਦੁਰਯੋਧਨ ਨੇ ਆਪਣਾ ਭਰਾ ਭੇਜਤਾ ਦੁਸ਼ਾਸਨ, ਤਾਂ ਉਹ ਵਕਤ ਜਦੋਂ ਉਹਨੂੰ
ਵਸਤਰਹੀਨ ਕਰਨ ਲੱਗੇ ਤਾਂ ਫਿਰ ਦਰੋਪਦੀ ਦੀ ਪੈਜ ਰੱਖੀ, ਇੱਕ ਵੱਡੀ ਚਾਦਰ ਉਹਦੇ ਤਨ ਤੋਂ ਲਹਿੰਦੀ ਗਈ, ਢੇਰ ਲੱਗ ਗਿਆ। ਉਹ ਥੱਕ ਗਏ ਸੀ ਪਰ ਦਰੋਪਦੀ ਦੀ ਲਾਜ ਰੱਖੀ ਗਈ ਸੀ, ਉਹ ਵੀ ਇੱਕ ਚਾਦਰ ਹੈਗੀ। ਪਰ ਚੌਥੀ ਚਾਦਰ ਹੈ ਗੁਰੂ ਤੇਗ ਬਹਾਦਰ ਮਹਾਰਾਜ, ਇਹ ਹੈ ਧਰਮ ਦੀ ਚਾਦਰ। ਇਸ ਚਾਦਰ ਦੇ ਪਿੱਛੇ ਕੋਈ ਘਰੇਲੂ ਝਗੜਾ ਨਹੀਂ ਹੈ, ਕੋਈ ਸ਼ਬਦਾਂ ਦਾ ਹੇਰ ਫੇਰ ਨਹੀਂ ਆ, ਕੋਈ ਧਨ ਪਦਾਰਥ ਦੀ ਗੱਲ ਵੀ ਨਹੀਂ ਆ। ਇਸ ਚਾਦਰ ਦੇ ਵਿੱਚ ਹੈ ਪਾਰੋਪਕਾਰ, ਭਲਾ, ਸਹਿਣਸ਼ੀਲਤਾ, ਏਕਤਾ, ਇਕਸਾਰਤਾ, ਹਲੀਮੀ, ਪਿਆਰ ਇਸ ਚਾਦਰ ਦੇ ਵਿੱਚ ਹੈ। ਕਲਗੀਧਰ ਜੀ ਦਾ ਵਚਨ ਹੈ ਆਪਣੇ ਪਿਤਾ ਪ੍ਰਤੀ, ਕੀ ਕਹਿੰਦੇ, ਮੇਰੇ ਪਿਤਾ ਗੁਰੂ ਨੇ ਸੰਸਾਰ ਦੀ ਝੋਲੀ 'ਚ ਬਹੁਤ ਕੁਝ ਪਾਇਆ, ਕਿਤੇ ਸਬਰ ਪਾ ਦਿੱਤਾ, ਕਿਤੇ ਸੰਤੋਖ ਪਾ ਦਿੱਤਾ, ਕਿਤੇ ਸਹਿਣਸ਼ੀਲਤਾ ਪਾ ਦਿੱਤੀ, ਕਿਤੇ ਭਗਤੀ ਪਾ ਦਿੱਤਾ, ਕਿਤੇ ਤਿਆਗ, ਕਿਤੇ ਬਰਾਗ, ਕਿਤੇ ਨਿਮਰਤਾ, ਹੋਰ ਸੁਣੋ, ਕਿਤੇ ਉਹਨਾਂ ਨੇ ਆਪਣਾ ਆਪ ਦੇ ਦਿੱਤਾ, ਕਿਤੇ ਆਪਣੇ ਪੋਤਰੇ ਦੇ ਦਿੱਤੇ, ਕਿਤੇ ਆਪਣੇ ਸਿੱਖ ਦੇ ਦਿੱਤੇ। ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਜੇ ਨਹੀਂ ਦਿੱਤਾ ਸਿਦਕ ਨਹੀਂ ਦਿੱਤਾ, ਜਿਹਨੂੰ ਔਰੰਗਜ਼ੇਬ ਲੈਂਦਾ ਲੈਂਦਾ ਥੱਕ ਗਿਆ ਸੀ। ਤਿਲਕ ਜੰਝੂ ਰਾਖਾ ਪ੍ਰਭ ਤਾਕਾ, ਕੀਨੋ ਬਡੋ ਕਲੂ ਮੈਂ ਸਾਕਾ, ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ। ਸੀਸ ਦੀਆ ਸਿਰ ਦੇਤਾ, ਸਿਦਕ ਨਹੀਂ ਦਿੱਤਾ, ਦ੍ਰਿੜਤਾ ਨਹੀਂ ਦਿੱਤੀ ਉਹਨਾਂ ਨੇ। ਤਾਂ ਚਾਦਰ ਇੱਕ ਵੱਡਾ ਕੱਪੜਾ ਹੁੰਦਾ ਜੀ, ਜਿਹਦਾ ਫੈਲਾਅ ਬਹੁਤ ਵੱਡਾ ਹੁੰਦਾ। ਆਹ ਸਾਡੇ ਸਿਰ ਦੀ ਦਸਤਾਰ ਹੈ, ਰਹਿਤਨਾਮਿਆਂ ਦਾ ਵਚਨ ਹੈ, ਦਸਤਾਰ ਟੋਪੀ ਵੱਤ ਰੱਖਣੀ ਨਹੀਂ, ਟੋਪੀ ਵੱਤ ਲਾਉਣੀ ਨਹੀਂ, ਕਿ ਤੁਹਾਡੀ ਦਸਤਾਰ ਕਦੇ ਵੀ ਤੁਹਾਡੇ ਕਛਹਿਰੇ ਨੂੰ ਟੱਚ ਨਹੀਂ ਹੋਣੀ ਚਾਹੀਦੀ। ਇਹਦਾ ਸਤਿਕਾਰ ਕਰੋ, ਕਿਉਂਕਿ ਇਹ ਦਸਤਾਰ ਐਵੇਂ ਨਹੀਂ ਮਿਲੀ, ਇਹਦੇ ਪਿੱਛੇ ਬਹੁਤ ਲੰਮੀਆਂ ਕੁਰਬਾਨੀਆਂ ਨੇ, ਵੱਡੀਆਂ ਕੁਰਬਾਨੀਆਂ ਨੇ। ਇਹ ਸਿੱਖ ਦੇ ਸਿਰ ਦਾ ਤਾਜ ਹੈ। ਅਗਲਾ ਅਸੀਂ ਕੁੜਤਾ ਪਾਉਂਦੇ ਹਾਂ, ਜੇ ਕੁੜਤਾ ਪਾ ਲਈਏ ਪਜਾਮਾ ਨਾ ਪਾਈਏ ਤਨ ਤਾਂ ਵੀ ਢੱਕਿਆ ਨਹੀਂ ਜਾਂਦਾ, ਇਕੱਲਾ ਪਜਾਮਾ ਪਾ ਲਈਏ ਅਤੇ ਕੁੜਤਾ ਨਾ ਪਾਈਏ ਤਨ ਤਾਂ ਵੀ ਨਹੀਂ ਢੱਕਿਆ ਜਾਂਦਾ, ਪਰ ਇੱਕ ਚਾਦਰ ਹੈ ਜੋ ਸਾਰੇ ਸਰੀਰ ਨੂੰ ਢੱਕ ਲੈਂਦੀ ਹੈ, ਚਾਦਰ। ਇਹ ਐਵੇਂ ਨਹੀਂ ਸ਼ਬਦ ਰੱਖੇ, ਉਹਨਾਂ ਨੂੰ ਚਾਦਰ ਕਿਹਾ, ਕਿਉਂ ਕਿਹਾ ਕਦੇ ਸੋਚੇ ਆਪਾਂ, ਚਾਦਰ ਕਿਉਂ ਕਿਹਾ ਉਹਨਾਂ ਨੂੰ, ਉਹ ਧਰਮ ਦੀ ਚਾਦਰ ਨੇ। ਇਸ ਚਾਦਰ ਨੇ ਆਪਣਾ ਫਲਾਹ ਇੰਨਾ ਕਰ ਲਿਆ ਕਿ ਇਸ ਦੇ ਵਿੱਚ ਲੱਖਾਂ ਮੰਦਿਰ ਢਕੇ ਪਏ ਨੇ, ਲੱਖਾਂ ਜਨੇਊ, ਲੱਖਾਂ ਆਰਤੀਆਂ, ਲੱਖਾਂ ਜਗਰਾਤੇ, ਲੱਖਾਂ ਤਰ੍ਹਾਂ ਦੀ ਸੰਸਕ੍ਰਿਤੀ। ਜੋ ਦੇਸ਼ ਹੈ ਉਹ ਗੁਰੂ ਤੇਗ ਬਹਾਦਰ ਮਹਾਰਾਜ ਦੀ ਦੇਣ ਹੈ। ਅੱਜ ਦੁਨੀਆਂ 'ਤੇ ਉਹ ਦੇਸ਼ ਨਾ ਹੁੰਦਾ, ਖਤਮ ਹੋਣਾ ਸੀ ਕਹਾਣੀ, ਉਹ ਇੱਕ ਇਸਲਾਮਿਕ ਕੰਟਰੀ ਹੋਣੀ ਸੀ, ਜੇ ਗੁਰੂ ਤੇਗ ਬਹਾਦਰ ਮਹਾਰਾਜ ਐਸਾ ਨਾ ਕਰਦੇ। ਇੱਕ ਆਲਮ ਨੇ ਕਿਹਾ, ਜਦੋਂ ਪੰਡਿਤ ਲੋਕ ਆਏ, ਪਾਤਸ਼ਾਹ ਧਰਮ, ਧਾਰਮਿਕ ਚਿੰਨ੍ਹ, ਧਾਰਮਿਕ ਗ੍ਰੰਥ, ਧਾਰਮਿਕ ਅਸਥਾਨ, ਧਰਮ ਦੀ ਸੰਸਕ੍ਰਿਤੀ, ਸਾਰਾ ਕੁਝ ਖਤਰੇ 'ਚ ਪੈ ਗਿਆ, ਅਤੇ ਖਤਰਾ ਟਲ ਸਕਦਾ ਹੈ, ਇਹ ਗੁਰੂ ਨਾਨਕ ਦਾ ਘਰ ਟਾਲ ਸਕਦਾ। ਪਾਤਸ਼ਾਹ ਕਹਿੰਦੇ ਕਿਉਂ, ਵੀ ਇਸ ਭਾਰਤ ਵਿੱਚ ਤਾਂ ਵੱਡੇ ਵੱਡੇ ਮਰਹੱਟੇ ਨੇ, ਰਾਜਪੂਤ ਰਾਜੇ ਨੇ ਵੱਡੇ ਵੱਡੇ,
ਕਿਉਂ ਨਹੀਂ ਟਲ ਸਕਦਾ? ਕਹਿੰਦੇ ਜੀ ਇਹ ਗੁਰੂ ਨਾਨਕ ਦੇ ਵਿੱਚ ਹੀ ਸੀ ਐਡੀ ਦ੍ਰਿੜਤਾ ਜੋ ਬਾਬਰ ਨੂੰ ਮੂੰਹ ਤੇ ਜਾਵਰ ਕਹਿਣ ਦੀ ਹਿੰਮਤ ਰੱਖਦੀ ਹੈ। ਛੇਵੇਂ ਪਾਤਸ਼ਾਹ ਨੇ ਚਾਰ ਜੰਗ ਲੜਿਆ, ਤੱਤੀਆਂ ਤਵੀਆਂ ਤੇ ਚੌਂਕੜੇ ਲੱਗਿਆ, ਪਰ ਤੁਹਾਡੇ ਪੁਰਖੇ ਗੁਰੂ ਸਾਹਿਬਾਨ ਡੋਲੇ ਨਹੀਂ। ਅਸੀਂ ਤੁਹਾਡਾ ਇਤਿਹਾਸ ਪੜ੍ਹ ਕੇ, ਵਿਚਾਰ ਕੇ, ਸੁਣ ਕੇ ਫਿਰ ਤੁਹਾਡੇ ਕੋਲ ਆਇਆ। ਕਿਰਪਾ ਕਰੋ, ਸਾਡਾ ਧਰਮ ਬਚਾਓ। ਸਤਿਗੁਰਾਂ ਕਿਹਾ ਤੁਸੀਂ ਜਾਓ ਪੰਡਤੋ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਪ੍ਰਤਿਗਿਆ ਸੀ ਮਹਾਰਾਜ ਦੀ। ਸਤਿਗੁਰਾਂ ਕਿਹਾ ਤੁਸੀਂ ਜਾਓ ਪੰਡਤੋ, ਸੀਸ ਦੇ ਕੇ ਧਰਮ ਬਚਾਵਾਂਗਾ ਮੈਂ। ਹਿੰਦੂ ਧਰਮ ਦੇ ਬੁੱਝ ਦੇ ਦੀਵੇ ਵਿੱਚ ਤੇਲ ਆਪਣੇ ਖੂਨ ਦਾ ਪਾਵਾਂਗਾ ਮੈਂ। ਪਾਇਆ ਦੇਸ਼ ਦੀਆਂ ਜੜ੍ਹਾਂ ਵਿੱਚ ਖੂਨ ਆਪਣਾ। ਹਿੰਦੁਸਤਾਨ ਦਾ ਬਾਗ ਤਾਂ ਫਲ ਰਿਹਾ ਹੈ, ਅੱਜ ਹਿੰਦੁਸਤਾਨ ਦੇ ਸਮੁੱਚੇ ਮੰਦਰਾਂ ਅੰਦਰ ਖੂਨ ਤੇਗ ਬਹਾਦਰ ਦਾ ਬਣ ਰਿਹਾ ਹੈ। ਉਹ ਸਰੋਂ ਦਾ ਤੇਲ ਨਹੀਂ ਆ, ਦੇਸੀ ਘਿਓ ਦੀਆਂ ਜੋਤਾਂ ਨਹੀਂ, ਉਹ ਤਾਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਪਾਵਨ ਪਵਿੱਤਰ ਖੂਨ ਹੈ। ਇਹ ਦੇਣ ਹੈ ਗੁਰੂ ਤੇਗ ਬਹਾਦਰ ਮਹਾਰਾਜ ਦੀ। ਸੱਚੇ ਪਾਤਸ਼ਾਹ ਜੀ ਨੇ ਚਾਦਰ ਬਣ ਕੇ ਸਾਰਾ ਕੁਝ ਢੱਕ ਲਿਆ ਅਤੇ ਉਹ ਪੰਡਿਤਾਂ ਦੇ ਅੱਗੇ ਹੋ ਕੇ ਖੜ ਗਏ। ਔਰੰਗੇ ਨੂੰ ਕਹਿੰਦੇ ਜੋ ਗੱਲ ਕਰਨੀ ਹੈ ਤੇ ਮੇਰੇ ਨਾਲ ਕਰ। ਦੇਖੋ ਗੱਲ ਪਾਤਸ਼ਾਹ ਦੀ ਖੜੀ ਸੀ। ਕਈ ਵਾਰੀ ਮਨ ਕਰਦਾ ਹੈ ਕਿ ਇੱਕ ਸਾਵਸ਼ ਦੇਣੀ ਬਣਦੀ ਉਹ ਪੰਡਿਤਾਂ ਨੂੰ, ਕਾਹਦੀ? ਗੁਰੂ ਸਾਹਿਬਾਨ ਤੇ ਐਡਾ ਭਰੋਸਾ ਕਰ ਲਿਆ ਸੀ ਉਹਨਾਂ ਨੇ, ਮਹਾਰਾਜ ਜਿਵੇਂ ਤੁਹਾਨੂੰ ਚੰਗਾ ਲੱਗੂਗਾ ਉਹ ਮੈਂ ਨਿਬੇੜ ਲਿਓ। ਇਕੱਲੀ ਗੱਲ ਗੁਰੂ ਤੇਗ ਬਹਾਦਰ ਮਹਾਰਾਜ ਤੇ ਖੜੀ ਆ ਨਾ, ਇੱਕ ਧਰਮ ਕਿਤੇ ਖੜਾ? ਗੁਰੂ ਪਾਤਸ਼ਾਹ ਤੇ। ਮਹਾਰਾਜ ਕਹਿੰਦੇ ਜੋ ਗੱਲ ਕਰਨੀ ਔਰੰਗਿਆ ਮੇਰੇ ਨਾਲ ਕਰ, ਅੱਜ ਤੋਂ ਬਾਅਦ ਕਤਲੋ ਗਾਰਤ ਨਹੀਂ ਕਰਨੀ। ਤੂੰ ਮੈਨੂੰ ਆਪਣੇ ਧਰਮ 'ਚ ਲੈ ਕੇ ਆ, ਜੇ ਮੈਂ ਬਦਲ ਗਿਆ ਇਹ ਵੀ ਆਪਣੇ ਆਪ ਬਦਲ ਜਾਣਗੇ। ਗੱਲ ਇੱਥੇ ਖੜੀ ਸੀ ਨਾ। ਔਰੰਗਾ ਕੀ ਕਹਿੰਦਾ? ਉਹ ਐਵੇਂ ਨਹੀਂ ਸੀ, ਪੜ੍ਹਿਆ ਲਿਖਿਆ ਸੀ ਇਹ ਔਰੰਗਜ਼ੇਬ, ਪੜ੍ਹਿਆ ਲਿਖਿਆ ਸੀ ਇਹ ਸੁਲਤਾਨਪੁਰ ਲੋਧੀ ਪੜ੍ਹਿਆ ਸੀ ਇਹ। ਤੁਸੀਂ ਇਹਦਾ ਇਤਿਹਾਸ ਪੜ੍ਹੋ ਕਦੇ, 50 ਸਾਲ ਰਾਜ ਕੀਤਾ ਬੰਦੇ ਨੇ। ਉਹਨਾਂ ਦਾ ਸਵਾਲ ਸੀ, ਕਹਿਣ ਲੱਗੇ ਤੁਸੀਂ ਤਾਂ ਕਹਿੰਦੇ ਹੋ ਵੀ ਜਨੇਊ ਵਿੱਚ ਸਾਡਾ ਵਿਸ਼ਵਾਸ ਨਹੀਂ ਆ, ਅਸੀਂ ਇੱਕ ਦੇ ਪੁਜਾਰੀ ਹਾਂ, ਇੱਕ ਨਾਲ ਜੁੜੇ ਹਾਂ। ਪਾਤਸ਼ਾਹ ਕਹਿੰਦੇ ਹਾਂ ਵਿਸ਼ਵਾਸ ਨਹੀਂ, ਪਰ ਅਸੀਂ ਧੱਕਾ ਜਾਬਰ ਜ਼ੁਲਮ ਵੀ ਕਬੂਲ ਨਹੀਂ ਕਰਦੇ। ਪੰਡਿਤ ਆਇਆ ਸੀ ਪਹਿਲੇ ਜਾਮੇ ਵਿੱਚ ਤੁਹਾਡੇ ਘਰ 'ਚ ਜਨੇਊ ਪਾਉਣ, ਤੁਸੀਂ ਪਵਾਇਆ ਨਹੀਂ। ਪਾਤਸ਼ਾਹ ਕਹਿੰਦੇ ਉਹ ਧੱਕੇ ਨਾਲ ਪਾਉਣਾ ਚਾਹੁੰਦਾ ਸੀ, ਤੂੰ ਧੱਕੇ ਨਾਲ ਲਾਉਣਾ ਚਾਹੁੰਦਾ, ਬਸ ਧੱਕਾ ਪ੍ਰਵਾਨ ਨਹੀਂ ਹੈ ਇੱਥੇ। ਭੈ ਕਾਹੂ ਕੋ ਦੇਤ ਨਹਿ, ਨਹਿ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ, ਗਿਆਨੀ ਤਾਹੇ ਬਖਾਨ। ਜਿਸ ਦਿਨ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਨਾ, ਛੇਵੇਂ ਪਾਤਸ਼ਾਹ ਜੀ ਅੰਮ੍ਰਿਤ ਵੇਲੇ ਸ਼ਬਦ ਕੀਰਤਨ ਸੁਣ ਰਹੇ ਨੇ ਪਾਤਸ਼ਾਹ ਦੀ ਵਾਰ। ਮਹਾਰਾਜ ਜੀ ਨੂੰ ਸੁਨੇਹਾ ਮਿਲਿਆ, ਪਾਤਸ਼ਾਹ ਤੁਹਾਡੇ ਘਰ ਸਾਹਿਬਜ਼ਾਦੇ ਦਾ ਪ੍ਰਕਾਸ਼ ਹੋਇਆ, ਗੁਰੂ ਮਹਾਰਾਜ ਆਪਣੇ ਸਿੱਖਾਂ ਨੂੰ ਨਾਲ ਲੈ ਕੇ, ਭਾਈ ਗੁਰਦਾਸ ਸਾਹਿਬ ਜੀ ਵਰਗੇ, ਬਾਬਾ ਬਿਧੀ ਚੰਦ ਜੀ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਇਹ ਮਹਾਨ ਗੁਰਸਿੱਖ ਮਹਾਰਾਜ ਦੇ ਨਾਲ ਗਏ। ਅਤੇ ਅਜੇ ਕੁਝ ਕੁ ਸਮਾਂ ਹੋਇਆ ਸੀ ਪ੍ਰਕਾਸ਼ ਹੋਏ ਨੂੰ। ਕਹਿੰਦੇ ਜੀ ਛੇਵੇਂ ਪਾਤਸ਼ਾਹ ਨੇ ਜਾ ਕੇ ਦੋਵੇਂ ਹੱਥ ਜੋੜ ਕੇ ਆਪਣੇ ਪੁੱਤ ਦੇ ਅੱਗੇ ਸਿਰ ਨੀਵਾਂ ਕਰਦਾ ਸੀ।
ਇਤਿਹਾਸ ਵਿੱਚ ਇੱਕ ਵਾਰ ਹੋਇਆ ਹੈ। ਕਿਸੇ ਵੀ ਗੁਰੂ ਪਾਤਸ਼ਾਹ ਦੇ ਜੀਵਨ ਵਿੱਚ ਐਸਾ ਨਹੀਂ ਹੋਇਆ ਜੋ ਨੌਵੇਂ ਪਾਤਸ਼ਾਹ ਦੇ ਜੀਵਨ 'ਚ ਹੋਇਆ। ਛੇਵੇਂ ਪਾਤਸ਼ਾਹ ਨੇ ਹੱਥ ਜੋੜ ਕੇ ਨਮਸਕਾਰ ਕਰਤੀ ਤਾਂ ਉਹ ਵਕਤ ਭਾਈ ਬੀਧੀ ਚੰਦ ਨੇ ਪੁੱਛ ਲਿਆ, ਤਾਬ ਗੁਰ ਸਿਸ ਕੋ ਬੰਧਨਾ। ਬਚਨ ਇਤਿਹਾਸ ਦਾ, ਤਾਬ ਗੁਰ ਸਿਸ, ਸਿਸ ਪੁੱਤਰ, ਤਬ ਸਿਸ ਗੁਰ ਕੋ ਬੰਧਨਾ ਕਿੰਨੀ ਆਤ ਚਿਤ ਲਾਏ, ਵਿਧੀਆ ਕਹੇ ਇਸ ਬੰਧਨਾ ਕੀ ਕਹੋ ਮੋਏ ਸਮਝਾਏ। ਕੀ ਕਿਹਾ ਭਾਈ ਬੀਧੀ ਚੰਦ ਨੇ, ਪਾਤਸ਼ਾਹ ਪੁੱਤਰ ਮੋਆ ਇਹ ਮਾਰੇ? ਕਹਿੰਦੇ ਨਾ। ਕਹਿੰਦੇ ਤੁਸੀਂ ਗੁਰਦਾ ਗੱਦੀ ਤੇ ਬੈਠੇ ਹੋ, ਤੁਸੀਂ ਸਿਰ ਨੀਵਾਂ ਕਰ ਰਹੇ ਹੋ ਇਹਦੇ ਅੱਗੇ। ਪਾਤਸ਼ਾਹ ਕਹਿੰਦੇ ਜੋ ਆਉਣ ਵਾਲਾ ਸਮਾਂ ਹੈ ਉਹ ਮਰਿਆਦਾ ਅੱਜ ਨਿਭਾ ਰਿਹਾ ਮੈਂ। ਪਾਤਸ਼ਾਹ ਸਮਝੇ ਨਹੀਂ ਕੁਝ। ਕਹਿੰਦੇ ਜਿਸ ਦਿਨ ਇਹਨੂੰ ਗੁਰਤਾ ਗੱਦੀ ਹੋਣੀ ਹੈ ਨਾ, ਇਹਨੂੰ ਗੁਰਤਾ ਗੱਦੀ ਦੇਣ ਵਾਲਾ ਇਹਦੇ ਕੋਲ ਨਹੀਂ ਹੋਣਾ। ਕੱਢ ਲਓ ਇਤਿਹਾਸ ਤੁਸੀਂ, ਅੱਠਵੇਂ ਪਾਤਸ਼ਾਹ ਕਿੱਥੇ ਨੇ? ਦਿੱਲੀ। ਨੌਵੇਂ ਪਾਤਸ਼ਾਹ ਕਿੱਥੇ ਨੇ? ਬਾਬੇ ਬਕਾਲੇ। ਪਹਿਲਾਂ ਕੀ ਹੁੰਦਾ ਰਿਹਾ? ਗੁਰੂ ਨਾਨਕ ਮਹਾਰਾਜ ਤੋਂ ਲੈ ਕੇ ਜਦੋਂ ਵੀ ਗੁਰਤਾ ਗੱਦੀ ਅੱਗੇ ਜਾਂਦੀ ਰਹੀ ਹੈ, ਗੁਰਤਾ ਗੱਦੀ ਦੇਣ ਵਾਲਾ ਮੱਥਾ ਟੇਕਦਾ ਸੀ, ਪ੍ਰਕਰਮਾ ਵੀ ਕਰਦਾ ਸੀ, ਪੰਜ ਪੈਸੇ ਵੀ ਰੱਖਦਾ ਸੀ, ਦਰਬਾਰ ਸਜਦਾ ਸੀ, ਐਵੇਂ ਗੁਰਤਾ ਗੱਦੀ ਹੁੰਦੀ ਸੀ ਅੱਗੇ ਤੋਂ ਅੱਗੇ। ਪਰ ਨੌਵੇਂ ਪਾਤਸ਼ਾਹ ਦੇ ਜੀਵਨ ਵਿੱਚ ਐਸਾ ਨਹੀਂ ਹੋਇਆ। ਉਦੋਂ ਕੀ ਹੋਇਆ? ਅੱਠਵੇਂ ਪਾਤਸ਼ਾਹ ਨੇ ਕਹਿ ਦਿੱਤਾ ਸੀ, ਬਾਬਾ ਬਸੈ ਗ੍ਰਾਮ ਬਕਾਲੇ, ਆਉਣ ਵਾਲਾ ਜਿਹੜਾ ਗੁਰੂ ਹੈ ਮੇਰਾ ਬਾਬਾ ਹੈ ਰਿਸ਼ਤੇਦਾਰੀ ਵਿੱਚ, ਅਤੇ ਤੁਸੀਂ ਉੱਥੇ ਜਾ ਕੇ ਉਸ ਗੁਰੂ ਨਾਲ ਜੁੜੋ। ਬਾਬਾ ਵਸੈ ਗ੍ਰਾਮ ਬਕਾਲੇ। ਛੇਵੇਂ ਪਾਤਸ਼ਾਹ ਕਹਿਣ ਲੱਗੇ, ਬਾਬਾ ਬਿਧੀ ਚੰਦ ਜੀ, ਉਹ ਗੁਰਤਾ ਗੱਦੀ ਵਾਲਾ ਮੱਥਾ ਮੈਂ ਅਜੇ ਟੇਕ ਰਿਹਾ। ਦੂਜਾ, ਜਿੱਥੇ ਇਹਦਾ ਸੀਸ ਲੱਥੇਗਾ ਨਾ, ਉੱਥੇ ਲੱਖਾਂ ਸੀਸ ਝੁਕਿਆ ਕਰਨਗੇ। ਇਹ ਉਹ ਹੈ, ਇਹਦਾ ਸੀਸ ਲੱਥਣਾ ਹੈ, ਧਰਮ ਲਈ ਸੱਚ ਲਈ ਲੱਥਣਾ ਹੈ ਇਹਦਾ ਸੀਸ। ਅੱਜ ਜਾਓ ਗੁਰਦੁਆਰਾ ਸੀਸਗੰਜ ਸਾਹਿਬ ਦਿੱਲੀ, ਅੱਜ ਲੱਖਾਂ ਸੀਸ ਉੱਥੇ ਝੁਕਦੇ ਨੇ। ਗੰਜ ਸ਼ਬਦ ਦੇ ਨੌ ਅਰਥ ਕੀਤੇ ਭਾਈ ਕਾਨ ਸਿੰਘ ਨਾਭਾ ਨੇ। ਗੰਜ ਦਾ ਅਰਥ ਢੇਰ ਵੀ ਹੁੰਦਾ ਹੈ, ਖਜ਼ਾਨਾ ਵੀ ਹੁੰਦਾ ਹੈ। ਗੰਜ ਖਜ਼ਾਨਾ ਢੇਰ, ਅਤੇ ਅੱਜ ਕੀ ਹੈ ਉੱਥੇ? ਲੱਖਾਂ ਸਿਰ ਹਰ ਰੋਜ਼ ਝੁਕ ਰਹੇ ਨੇ ਉਹ ਪਾਵਨ ਥਾਂ 'ਤੇ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਆਪਣੇ ਸੀਸ ਲਹਾਇਆ ਸੀ। ਇੱਕੋ ਇੱਕ ਗੁਰੂ ਹੈ ਦਸ ਪਾਤਸ਼ਾਹੀਆਂ ਵਿੱਚੋਂ ਜਿਨ੍ਹਾਂ ਦਾ ਨਾਮ ਸ਼ਸਤਰ ਤੋਂ ਹੈ। 14 ਸਾਲ ਦੀ ਉਮਰ ਸੀ ਮਹਾਰਾਜ ਜੀ ਦੀ ਜਦੋਂ ਕਰਤਾਰਪੁਰ ਸਾਹਿਬ ਦਾ ਜੰਗ ਲੜਿਆ ਸੀ। ਇਹ ਉਹ ਵਕਤ ਸੀ ਮਾਤਾ ਨਾਨਕੀ ਅਤੇ ਮਾਤਾ ਗੁਜਰ ਕੌਰ। ਮਾਤਾ ਨਾਨਕੀ ਕੌਣ ਨੇ? ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਨੇ, ਮਾਤਾ ਨਾਨਕੀ। ਦੋ ਨਾਨਕੀਆਂ ਨੇ, ਬੇਬੇ ਨਾਨਕੀ ਗੁਰੂ ਨਾਨਕ ਮਹਾਰਾਜ ਦੀ ਭੈਣ ਨੇ, ਮਾਤਾ ਨਾਨਕੀ ਨੌਵੇਂ ਪਾਤਸ਼ਾਹ ਜੀ ਦੇ ਮਾਤਾ ਜੀ ਨੇ, ਅਤੇ ਮਾਤਾ ਗੁਜਰ ਕੌਰ। ਉਹ ਸਮੇਂ ਹੀ ਸੀ ਕਿ ਨਿਆਣੀ ਉਮਰ ਦੇ ਵਿੱਚ ਹੀ ਵਿਆਹ ਕਰਦੇ ਸੀ, ਉਹ ਸਮੇਂ ਦੀ ਚਾਲ ਸੀ ਉਹ ਵਕਤ। ਤਾਂ ਸ਼ਾਦੀ ਹੋਏ ਨੂੰ ਅਜੇ ਕੁਝ ਦਿਨ ਹੋਏ ਸੀ ਕਿ ਜਦੋਂ ਸਾਹਮਣੇ ਜੰਗ ਲੜਿਆ ਜਾ ਰਿਹਾ, ਮਾਤਾ ਵੀ ਵੇਖ ਰਹੀ ਹੈ ਅਤੇ ਗੁਰੂ ਮਹਾਰਾਜ ਜੀ ਦੇ ਮਹਿਲ ਵੀ ਵੇਖ ਰਹੇ ਨੇ,
ਐਸੇ ਜੌਹਰ ਵਿਖਾਏ। ਪਹਿਲਾ ਨਾਮ ਸੀ ਤਿਆਗ ਮੱਲ, ਪਹਿਲਾਂ ਤੇਗ ਬਹਾਦਰ ਨਾਮ ਨਹੀਂ ਸੀ ਮਹਾਰਾਜ ਜੀ ਦਾ, ਤਿਆਗ ਮੱਲ ਪਹਿਲਾ ਨਾਮ ਹੈ। ਔਰ ਜਦੋਂ ਚੱਲਦੀ ਹੋਈ ਤੇਗ ਵੇਖੀ ਨਾ, ਛੇਵੇਂ ਪਾਤਸ਼ਾਹ ਨੇ ਕੀ ਕਿਹਾ, ਤਿਆਗ ਮੱਲ ਨਹੀਂ ਤੂੰ ਤੇਗ ਦਾ ਬਹਾਦਰ ਹੈ, ਤੂੰ ਤੇਗ ਚਲਾਉਣੀ ਵੀ ਜਾਣਦਾ, ਤੂੰ ਤੇਗ ਖਾਣੀ ਵੀ ਜਾਣਦਾ। ਕਈ ਤੇਗ ਚਲਾਉਣੀ ਜਾਣਦੇ ਹੁੰਦੇ ਆ, ਪਰ ਜਦੋਂ ਖਾਣੀ ਪੈ ਜੇ ਉਦੋਂ ਥਿੜਕ ਜਾਂਦੇ ਨੇ, ਸਮਝੌਤੇ ਹੋ ਜਾਂਦੇ ਨੇ, ਝੋਕ ਜਾਂਦੇ ਨੇ, ਵਿਕ ਜਾਂਦੇ ਨੇ, ਭੱਜ ਜਾਂਦੇ ਨੇ। ਤੂੰ ਚਲਾਉਣੀ ਵੀ ਜਾਣਦਾ, ਤੂੰ ਖਾਣੀ ਵੀ ਜਾਣਦਾ। ਸੂਰਾ ਸੋ ਪਹਿਚਾਨੀ ਹੈ ਜੋ ਨਰੈ, ਦੀਨ ਕੇ ਹੇਤ ਪੁਰਜਾ ਪੁਰਜਾ, ਕੱਟ ਮਰੈ ਕਬ ਹੂ ਨਾ ਛਾਡੈ ਖੇਤ। ਸੋ ਐਸਾ ਜੀਵਨ ਸੀ ਨੌਵੇਂ ਪਾਤਸ਼ਾਹ ਦਾ। ਕੀ ਕਿਹਾ ਕਲਗੀਧਰ ਨੇ, ਤੇਗ ਬਹਾਦਰ ਸਿਮਰਿਐ। ਜਦੋਂ ਇਹ ਸ਼ਬਦ ਨੂੰ ਬੋਲੋ, ਇਹਦੇ ਅੱਗੇ ਗੁਰ ਨਹੀਂ ਲਾਉਣਾ, ਕਿਉਂਕਿ ਲੱਗਿਆ ਨਹੀਂ ਹੋਇਆ, ਗੁਰ ਸ਼ਬਦ ਨਹੀਂ ਲੱਗਿਆ ਇਹਦੇ ਅੱਗੇ। ਲਿਖਿਆ ਹੈ ਤੇਗ ਬਹਾਦਰ ਸਿਮਰਿਐ, ਕੀ ਹੋਏਗਾ, ਘਰ ਨੌ ਨਿਧ ਆਵੈ ਧਾਏ। ਦੋ ਘਰ ਨੇ ਸਾਡੇ, ਇੱਕ ਹਿਰਦਾ ਰੂਪ ਘਰ ਹੈ, ਇੱਕ ਆ ਬਾਹਰਲੇ ਘਰ ਨੇ। ਬਾਹਰਲੇ ਘਰਾਂ ਦੇ ਵਿੱਚ ਪਦਾਰਥ ਦੌੜ ਕੇ ਆਊਗਾ, ਦੂਸਰਾ ਹਿਰਦਾ ਰੂਪ ਘਰ ਹੈ। ਹਿਰਦੈ ਨਾਮ ਧਿਆਇਓ ਘਰ ਬੈਠੇ ਗੁਰੂ ਧਿਆਇਓ, ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਧਿਆਇਓ। ਆਹ ਸਾਡਾ ਜਿਹੜਾ ਹਿਰਦਾ ਰੂਪ ਘਰ ਹੈ, ਇਹਦੇ ਵਿੱਚ ਜਿਹੜਾ ਨਾਮ ਹੈ ਨਾ, ਨੌ ਨਿਧੀਆਂ ਦਾ ਖਜ਼ਾਨਾ ਜਿਹੜਾ, ਉਹ ਦੌੜ ਕੇ ਆਉਂਦਾ। ਕਦੋਂ, ਜਦੋਂ ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਬੰਦਗੀ ਵਾਲਾ ਜੀਵਨ ਵੇਖੋਗੇ, ਬੰਦਗੀ ਵਾਲਾ। ਸਾਨੂੰ ਤਾਂ 27 ਮਿੰਟ ਨਹੀਂ ਵਹਿ ਹੁੰਦਾ, ਉਹਨਾਂ ਨੇ 27 ਸਾਲ ਲਾਏ ਨੇ, 27 ਸਾਲ ਸਾਹਮਣੇ ਰੱਖ ਕੇ ਜਦੋਂ ਚੌਂਕੜਾ ਲਾਓਗੇ ਨਾ, ਤਾਂ ਫਿਰ ਨੌ ਨਿਧੀਆਂ ਦਾ ਖਜ਼ਾਨਾ ਜਿਹੜਾ ਵਾਹਿਗੁਰੂ ਦਾ ਨਾਮ ਹੈ, ਉਹ ਦੌੜ ਕੇ ਤੁਹਾਡੇ ਹਿਰਦੇ ਰੂਪ ਘਰ 'ਚ ਆਊਗਾ। ਤੇਗ ਬਹਾਦਰ ਸਿਮਰਿਐ ਘਰ ਨੌ ਨਿਧ ਆਵੈ ਧਾਏ, ਧਾਈ ਦਾ ਅਰਥ ਹੁੰਦਾ ਦੌੜਨਾ, ਦੌੜ ਕੇ ਆਊਗਾ। ਗੁਰੂ ਕਿਰਪਾ ਕਰੇ, ਆਓ ਹੁਣ ਪਾਵਨ ਬਚਨ ਦੇ ਆਪਾਂ ਅਰਥਾਂ ਵੱਲ ਆਈਏ। ਇੱਕ ਵਾਰ ਸਾਰੀ ਸੰਗਤ ਆਖੋ ਜੀ, ਸਤਨਾਮ ਸ੍ਰੀ। ਅੰਧਕਾਰ ਸਿਮਰਤ ਪ੍ਰਕਾਸ਼ਮ ਗੁਣ ਰਮੰਤ ਅਗ ਖੰਡਨ ਹੈ। ਪੰਜਵੇਂ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਸਿਮਰਨ ਦੀਆਂ ਵਡਿਆਈਆਂ ਦੱਸ ਰਹੇ ਨੇ। ਪਿਛਲੇ ਸਲੋਕ ਦੇ ਵਿੱਚ ਪਾਤਸ਼ਾਹ ਜੀ ਨੇ ਦੱਸਿਆ ਸੀ, ਵੱਡੇ ਵੱਡੇ ਪਾਪਾਂ ਨੂੰ ਜੇ ਕੋਈ ਬੰਦਾ ਕਰ ਲਵੇ, ਬੁਰਿਆਈਆਂ ਘਾਟਾਂ ਖਾਮੀਆਂ ਜੀਵਨ ਵਿੱਚ ਆ ਜਾਣ, ਘਬਰਾਓ ਨਾ। ਕੀ ਕਰੋ, ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰ ਲਓ, ਅੱਗੇ ਤੋਂ ਤੌਬਾ ਕਰ ਲਓ, ਨਾਮ ਨਾਲ ਜੁੜ ਜਾਓ, ਤਾਂ ਕੀ ਹੋਏਗਾ, ਤੁਹਾਡਾ ਜੀਵਨ ਧੁੱਪ ਜਾਏਗਾ। ਜਿਹੜਾ ਨਾਮ ਹੈ ਇਹ ਸਭ ਤੋਂ ਨਿਰਮਲ ਹੈ, ਦੁਨੀਆਂ 'ਚ ਇੰਨੀ ਕੋਈ ਚੀਜ਼ ਨਿਰਮਲ ਨਹੀਂ ਜਿੰਨਾ ਵਾਹਿਗੁਰੂ ਜੀ ਦਾ ਨਾਮ ਨਿਰਮਲ ਹੈ, ਸ਼ੁੱਧ ਹੈ, ਪਵਿੱਤਰ ਹੈ। ਜੇ ਤੁਸੀਂ ਉਹਦੇ ਨਾਲ ਜੁੜ ਜਾਓਗੇ ਤਾਂ ਤੁਸੀਂ ਵੀ ਪਵਿੱਤਰ ਹੋ ਜਾਓਗੇ। ਜਿਸ ਪਾਪੀ ਕੋ ਮਿਲੈ ਨਾ ਢੋਈ, ਸ਼ਰਨ ਆਵੈ ਤਾਂ ਨਿਰਮਲ ਹੋਈ। ਪਾਤਸ਼ਾਹ ਜੀ ਫਿਰ ਉਹ ਨਾਮ ਦੀਆਂ ਵਡਿਆਈਆਂ ਦੱਸਦੇ ਨੇ ਕਿ ਕਹਿੰਦੇ, ਅੰਧਕਾਰ ਸਿਮਰਤ ਪ੍ਰਕਾਸ਼ਮ। ਦੋ ਤਰ੍ਹਾਂ ਦਾ ਹਨੇਰਾ, ਇੱਕ ਬਾਹਰਲਾ ਇੱਕ ਅੰਦਰਲਾ। ਬਾਹਰਲਾ ਹਨੇਰਾ ਦੂਰ ਕਰਨ ਲਈ ਬੰਦੇ ਕੋਲ ਬੜੇ ਸਾਧਨ ਨੇ,
ਕਿਉਂ? ਕਿਉਂਕਿ ਜਿਹੜਾ ਹਨੇਰਾ ਹੈ ਇਹਦੇ ਵਿੱਚ ਕਈ ਕਮਜ਼ੋਰੀਆਂ ਨੇ। ਵੱਡੀ ਕਮਜ਼ੋਰੀ ਇਹ ਹੈ, ਜਿਹੜਾ ਹਨੇਰਾ ਹੋਵੇ ਇਹ ਉਹ ਲੋਕਾਂ ਦਾ ਸਾਥ ਦਿੰਦਾ ਹੈ ਜਿਨ੍ਹਾਂ ਦੇ ਦਿਲ ਸਾਫ਼ ਨਹੀਂ ਹੁੰਦੇ। ਕੋਈ ਚੋਰ ਹੈ, ਲੁਟੇਰਾ ਹੈ, ਉਹ ਤਾਂ ਹਨੇਰਾ ਭਾਲਦੇ ਆ ਨਾ ਵੀ ਹਨੇਰਾ ਹੋਵੇ ਤਾਂ ਸਾਡਾ ਦਾ ਲੱਗੇ। ਚੋਰ 'ਚ ਪੱਕੇ ਹਨੇਰੇ ਦਾ ਸਾਥ ਲੈ ਕੇ ਹੀ ਆਪਣਾ ਹੱਥ ਸਾਫ਼ ਕਰਦੇ ਆ, ਅਤੇ ਜਿਹੜਾ ਹਨੇਰਾ ਹੋਵੇ ਇਹਦੇ ਵਿੱਚ ਰਸਤੇ ਵੀ ਗੁਆਚਦੇ ਨੇ, ਬੰਦਾ ਮੰਜ਼ਿਲ 'ਤੇ ਨਹੀਂ ਪਹੁੰਚਦਾ, ਹਨੇਰੇ ਵਿੱਚ ਟਕਰਾਅ ਹੁੰਦਾ ਹੈ, ਹਨੇਰੇ ਵਿੱਚ ਬੰਦਾ ਠੇਡੇ ਖਾ ਕੇ ਡਿੱਗਦਾ। ਇਹ ਸਾਰਾ ਕੁਝ ਸਾਡੇ ਅੰਦਰ ਵੀ ਵਰਤਦਾ, ਸਾਡੇ ਅੰਦਰ ਬੜੇ ਖਜ਼ਾਨੇ ਨੇ। ਪਾਤਸ਼ਾਹ ਕਹਿੰਦੇ ਮੱਤ ਵਿੱਚ ਰਤਨ ਜਵਾਹਰ ਮਾਨਕ, ਜੇ ਇੱਕ ਗੁਰ ਕੀ ਹੈ ਤਾਂ ਅੰਦਰ ਹੀ ਪਿਆ ਨਾ ਸਾਰਾ ਕੁਝ। ਮਹਾਰਾਜ ਜੀ ਕਹਿੰਦੇ ਜੋ ਬ੍ਰਹਿਮੰਡ ਖੰਡ ਸੋ ਜਾਣੋ, ਜੋ ਬਾਹਰ ਹੈ ਅੰਦਰ ਹੈ ਭਾਈ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਫਿਰ ਬਚਨ ਆਉਂਦਾ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ। ਔਰ ਹੁਣ ਲੱਭੇ ਕਿਵੇਂ? ਅੰਦਰ ਦਾ ਅਗਿਆਨ ਦਾ ਹਨੇਰਾ ਪਿਆ ਹੈ, ਫਿਰ ਚਾਨਣ ਕਾਹਦਾ ਹੋਊਗਾ? ਪਾਤਸ਼ਾਹ ਕਹਿੰਦੇ ਸ਼ਬਦ ਦਾ ਦੀਵਾ ਲੈ ਜਾ ਅੰਦਰ, ਸ਼ਬਦ ਦਾ, ਨਾਮ ਦਾ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ, ਦੀਵਾ ਮੇਰਾ ਏਕ ਨਾਮ। ਨਾਮ ਵੀ ਦੀਵਾ, ਗੁਰੂ ਦਾ ਸ਼ਬਦ ਦੀਵਾ ਅਤੇ ਗੁਰੂ ਵੀ ਦੀਵਾ। ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਗੁਰੂ ਵੀ ਦੀਵਾ ਹੈ। ਜਦੋਂ ਅੰਦਰ ਗੁਰੂ ਨੂੰ ਜਗ੍ਹਾ ਦੇ ਦੋਗੇ, ਅੰਦਰ ਅੰਦਰ ਆਪਣੇ ਮਨ 'ਚ ਕਰਮਾਂ 'ਚ ਅੰਦਰ ਲੈ ਜਾਓਗੇ, ਕੀ ਹੋ ਜਾਊਗਾ? ਅਗਿਆਨ ਦਾ ਹਨੇਰਾ ਮਿਟ ਜਾਊਗਾ। ਅੰਧਕਾਰ ਸਿਮਰਤ ਪ੍ਰਕਾਸ਼ੰ, ਗਿਆਨ ਦਾ ਹੋਜੂ ਚਾਨਣਾ। ਗਿਆਨ ਮਤਲਬ ਆਤਮਕ ਸੂਝ। ਹੁਣ ਤਾਂ ਸਾਨੂੰ ਸੋਝੀ ਹੈ ਨਾ, ਕਿਸੇ ਫੀਲਡ ਦੀ ਗੱਲ ਕਰ ਲਓ ਤੁਸੀਂ, ਹੁਣ ਤਾਂ ਇੰਨੀ ਸੋਝੀ ਹੋ ਗਈ ਲੋਕਾਂ ਨੂੰ ਵੀ ਹਰੇਕ ਬੰਦਾ ਜਵੈਦ ਬਣਿਆ ਹੋਇਆ। ਤੁਸੀਂ ਫੇਸਬੁੱਕ ਖੋਲੋ, ਬੜੇ ਵੈਦ ਨੇ ਜੀ, ਘਰ ਬੈਠੇ ਵੈਦ ਬਣੇ ਹੋਏ ਨੇ। ਡਾਕਟਰ ਬਣੇ ਹੋਏ ਨੇ, ਵਿਦਵਾਨ ਬਣੇ ਹੋਏ ਨੇ, ਫਿਲੋਸਫਰ ਬਣੇ ਹੋਏ ਨੇ, ਰਾਜਨੀਤਿਕ ਬਣੇ ਹੋਏ ਨੇ, ਧਾਰਮਿਕ ਬਣੇ ਹੋਏ ਨੇ। ਇਹ ਸਾਰਾ ਕੁਝ ਫੇਸਬੁੱਕ 'ਤੇ ਤੁਹਾਨੂੰ ਮਿਲ ਜੂਗਾ। ਮਤਲਬ ਬਾਹਰਲੀ ਸੂਝ ਦੀ ਅੱਜ ਕੋਈ ਘਾਟ ਨਹੀਂ, ਹਰੇਕ ਬੰਦਾ ਆਪਣੇ ਆਪ ਨੂੰ ਸੂਝਵਾਨ ਕਹਾ ਰਿਹਾ ਅਤੇ ਸੋਝੀ ਵੰਡ ਰਿਹਾ ਅੱਗੇ। ਘਾਟ ਕਾਹਦੀ ਹੈ ਫਿਰ? ਘਾਟ ਹੈ ਆਪਣੇ ਆਪ ਦੀ ਸੂਝ ਨਹੀਂ ਹੈ ਬੰਦੇ। ਮੈਂ ਕੌਣ ਹਾਂ, ਕਿੱਥੋਂ ਆਇਆ, ਕਿੱਥੇ ਜਾਣਾ, ਕਿਵੇਂ ਜਾਊਂਗਾ, ਕਿੱਥੋਂ ਚੱਲਿਆ, ਕਿੱਥੇ ਪਹੁੰਚ ਕੇ ਮੇਰਾ ਅੰਤ ਹੋਣਾ, ਆਵਾਗਮਨ ਕਿਵੇਂ ਮਿਟੂਗਾ। ਸੋਝੀ ਹੋ ਜਾਏ ਨਾ, ਪਤਾ ਲੱਗੇ ਮੈਂ ਸਰੀਰ ਨਹੀਂ ਹਾਂ, ਮੈਂ ਦੇਹ ਨਹੀਂ ਹਾਂ, ਮੈਂ ਆਤਮ ਰੂਪ ਹਾਂ, ਮੈਂ ਜੋਤ ਰੂਪ ਹਾਂ। ਮਨ ਤੋਂ ਜੋਤ ਸਰੂਪ ਹੈ, ਇਹਨੂੰ ਕਹਿੰਦੇ ਨੇ ਆਤਮਕ ਸੂਝ। ਇਹਨੂੰ ਸਾਫ਼ ਜਿਹੇ ਸ਼ਬਦਾਂ ਵਿੱਚ ਕਹਿ ਦਿੰਦੇ ਨੇ ਗਿਆਨ। ਜਿਹਨੂੰ ਇਹ ਹੋ ਜਾਏ ਉਹਨੂੰ ਗਿਆਨੀ ਕਹਿੰਦੇ ਨੇ। ਅਸਲੀ ਗਿਆਨੀ ਉਹ ਹੈ, ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਆਪਣੇ ਆਪ ਦੀ ਇਹਨੂੰ ਪਛਾਣ ਹੋ ਗਈ, ਅਸਲੀ ਗਿਆਨੀ ਤਾਂ ਉਹ ਹੈ। ਅਸਲੀ ਤਾਂ ਅਸੀਂ ਨਕਲੀ ਗਿਆਨੀ ਲੋਕ ਹਾਂ, ਸਾਨੂੰ ਗਿਆਨ ਹੋ ਸਕਦਾ ਵੀ ਇਹ ਤੁਕ ਦਾ ਕੀ ਅਰਥ ਹੈ, ਗਿਆਨੀ ਨਹੀਂ। ਅਸਲੀ ਗਿਆਨੀ ਉਹ ਹੈ ਜਿਹਨੂੰ ਆਪਣੇ ਆਪ ਦੀ ਸੂਝ ਹੈ ਅਤੇ ਰੱਬ ਨਾਲ ਜੁੜਿਆ। ਪ੍ਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੈ ਬੂਝੈ ਸੋਏ। ਅੰਧਕਾਰ ਸਿਮਰਤ ਪ੍ਰਕਾਸ਼ੰ, ਗੁਣ ਰਮੰਤ
ਵਾਹਿਗੁਰੂ ਜੀ ਦੇ ਗੁਣ ਰਮਣ ਕਰਦੇ ਹਾਂ, ਗਾਉਂਦੇ ਹਾਂ, ਕੀ ਹੋਏਗਾ? ਪਾਤਸ਼ਾਹ ਕਹਿੰਦੇ ਅੱਗ, ਅੱਗ ਕਹਿੰਦੇ ਨੇ ਵੱਡੇ ਵੱਡੇ ਪਾਪ ਖੰਡਨ ਹੈ, ਟੁਕੜੇ ਟੁਕੜੇ ਹੋ ਜਾਣਗੇ, ਖੰਡ ਖੰਡ ਹੋ ਜਾਣਗੇ, ਪਾਪ ਚਲੇ ਜਾਣਗੇ। ਰਿਦ ਬਸੰਤ ਪੈ ਪੀਤ ਦੂਤ ਹੈ। ਜੇ ਤੁਹਾਡੇ ਹਿਰਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਵਸ ਗਿਆ, ਪ੍ਰਾਪਤੀ ਕੀ ਹੋਣੀ ਹੈ ਜੀ? ਭੀ ਪੈ ਭੀਤ ਦੂਤ ਹੈ। ਜਿਹੜੇ ਦੂਤ ਨੇ ਨਾ ਪੰਜ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜੋ ਕੰਧ ਦੀ ਤਰ੍ਹਾਂ, ਭੀਤ ਕੰਧ ਨੂੰ ਕਹਿੰਦੇ ਨੇ, ਜੜਤਾ ਰੂਪ ਬਣ ਕੇ ਤੁਹਾਡੇ ਜੀਵਨ 'ਚ ਡਿੱਗੇ ਹੋਏ ਨੇ, ਪਾਤਸ਼ਾਹ ਕਹਿੰਦੇ ਇਹਨਾਂ ਪੰਜਾਂ ਦੂਤਾਂ ਦਾ ਭੈ ਚਲਾ ਜਾਏਗਾ, ਕੋਈ ਡਰ ਨਹੀਂ ਰਹੂਗਾ, ਕਿਉਂਕਿ ਜਿਹੜਾ ਗੁਰਮੁਖ ਹੈ ਨਾ ਇਹ ਪੰਜਾਂ ਨੂੰ ਕਾਬੂ ਕਰ ਲੈਂਦਾ। ਪੰਜੇ ਬੱਧੇ ਮਹਾਬਲੀ ਕਰ ਸੱਜਾ ਢੋਆ, ਜਿਹੜਾ ਮਨਮੁਖ ਹੁੰਦਾ ਇਹ ਪੰਜ ਉਹਨੂੰ ਕਾਬੂ ਕਰ ਲੈਂਦਾ, ਬਸ ਫਰਕ ਆਹੀ ਹੈ, ਗੁਰਮੁਖ ਇਹਨਾਂ ਨੂੰ ਕਾਬੂ ਕਰਦਾ, ਇਹ ਮਨਮੁਖ ਨੂੰ ਕਾਬੂ ਕਰਦੇ ਨੇ। ਹੁਣ ਜਿਹੜੇ ਸ਼ਬਦ ਨਾਲ ਜੁੜ ਗਏ, ਜਿਹਨਾਂ ਦੇ ਹਿਰਦੇ ਵਿੱਚ ਵਸ ਗਿਆ ਭੈ ਭੀਤ ਦੂਤ ਹੈ, ਇਹ ਪੰਜਾਂ ਦੂਤਾਂ ਦਾ ਜਿਹੜਾ ਡਰ ਹੈ ਉਹ ਚਲਾ ਜਾਂਦਾ ਹੈ। ਕਰਮ ਕਰਤ ਮਹਾ ਨਿਰਮਲ ਹੈ। ਧਰਮ ਦੇ ਕਰਮ ਕਰਦੇ ਹਾਂ, ਜਿਹੜਾ ਜੀਵਨ ਹੈ ਇਹ ਨਿਰਮਲ ਹੋ ਜਾਂਦਾ ਹੈ। ਧਰਮ ਦੀ ਡੈਫੀਨੇਸ਼ਨ ਕੀ ਹੈ ਜੀ? ਸਰਵ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਇਹ ਕਰਦੇ ਹਾਂ ਜਿਹੜਾ ਜੀਵਨ ਹੈ ਉਹ ਸ਼ੁੱਧ ਹੋ ਜਾਂਦਾ ਹੈ, ਪਵਿੱਤਰ ਹੋ ਜਾਂਦਾ ਹੈ, ਮੈਲ ਚਲੀ ਜਾਂਦੀ ਹੈ। ਜਨਮ ਮਰਨ ਰਹੰਤ ਸਰੋਤਾ। ਜਦੋਂ ਕੋਈ ਵਾਹਿਗੁਰੂ ਜੀ ਦੇ ਨਾਮ ਸਿਮਰਨ ਨੂੰ ਕੰਨਾਂ ਨਾਲ ਸੁਣਦਾ ਹੈ, ਸ਼੍ਰਵਣ ਇੱਕ ਭਗਤੀ ਹੈ, ਬਹੁਤ ਔਖਾ ਜੀ ਕਿਸੇ ਨੂੰ ਸੁਣਨਾ, ਬਹੁਤ ਔਖਾ ਇਹ। ਮਹਾਰਾਜ ਨੇ ਚਾਰ ਪੌੜੀਆਂ ਸੁਣਨ ਦੇ ਮਹਾਤਮ ਦੀਆਂ ਦੱਸੀਆਂ ਜਪਜੀ ਸਾਹਿਬ ਵਿੱਚ, ਪਰ ਜੇ ਕੋਈ ਸੁਣ ਲਵੇ, ਪੂਰਾ ਪੂਰਾ ਸੁਣ ਲਵੇ, ਇੰਨ ਬਿੰਨ ਉਵੇਂ ਸੁਣ ਲਵੇ ਜਿਵੇਂ ਗੁਰੂ ਜੀ ਨੇ ਸੁਣਾਇਆ, ਉਹ ਤਤ ਤੱਕ ਪਹੁੰਚ ਜੇ, ਜਿਹੜਾ ਸ਼੍ਰਵਣ ਭਗਤੀ ਨੂੰ ਕਰ ਲਵੇ, ਪਾਤਸ਼ਾਹ ਜੀ ਕਹਿੰਦੇ ਜਨਮ ਮਰਨ ਰਹੰਤ ਸਰੋਤਾ, ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦਾ ਹੈ, ਆਵਾਗਮਨ ਮਿਟ ਜਾਂਦਾ ਹੈ। ਸੁੱਖ ਸਮੂਹ ਅਮੋਘ ਦਰਸ਼ਨ ਹੈ। ਸੁੱਖ ਸਮੂਹ, ਸਮੂਹ ਹੁੰਦੇ ਨੇ ਸਾਰੇ, ਸਾਰੇ ਸੁੱਖ ਉਹਦੇ ਜੀਵਨ 'ਚ ਆ ਜਾਂਦੇ ਆ। ਅਮੋਘ ਦਰਸ਼ਨ ਹੈ ਉਹਦਾ, ਜਿਹੜਾ ਦਰਸ਼ਨ ਹੈ ਨਾ ਰੱਬ ਦੇ ਪਿਆਰੇ ਦਾ, ਉਹ ਸਫਲ ਹੋ ਜਾਂਦਾ। ਇੱਕ ਉਹ ਲੋਕ ਨੇ ਜਿਹਨਾਂ ਦਾ ਮੂੰਹ ਮੱਥਾ ਦੇਖ ਕੇ ਤੁਹਾਨੂੰ ਰੱਬ ਭੁੱਲਦਾ, ਇੱਕ ਉਹ ਵੀ ਨੇ ਜਿਹਨਾਂ ਨੂੰ ਵੇਖ ਕੇ ਤੁਹਾਨੂੰ ਰੱਬ ਯਾਦ ਆਉਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆਂ, ਰੱਬ ਦੇ ਪਿਆਰੇ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ ਸਹੀ ਪਿਆਰੇ ਮੇਲ, ਜਿਹਨਾਂ ਮਿਲਿਆ ਤੇਰਾ ਨਾਮ ਕੀਤਾ ਆਵੇ, ਉਹਨਾਂ ਦਾ ਜਿਹੜਾ ਦਰਸ਼ਨ ਹੈ ਸਫਲ ਹੈ। ਸਰਨ ਜੋਗਨ ਸੰਤ ਪ੍ਰੇਯ ਨਾਨਕ। ਸਰਨ ਜੋਗਨ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਤੁਸੀਂ ਸਾਰਿਆਂ ਨੂੰ ਆਪਣੀ ਸ਼ਰਨ ਵਿੱਚ ਰੱਖਣ ਦੇ ਯੋਗ ਹੋ। ਤੁਸੀਂ ਕਦੇ ਕਿਸੇ ਨੂੰ ਇਨਕਾਰ ਨਹੀਂ ਕਰਦੇ ਕਿ ਭਾਈ ਤੂੰ ਪਾਪਾਂ ਦਾ ਬਹੁਤ ਭਰਿਆ ਹੋਇਆ, ਤੇਰੇ 'ਚ ਖਾਮੀਆਂ ਬਹੁਤ ਨੇ, ਤੂੰ ਬੁਰਾ ਬਹੁਤ ਹੈ, ਜਾਂ ਜਿਹੋ ਜਿਹੀ ਕੋਈ ਲੋੜ ਲੈ ਕੇ ਆ ਜੇ ਤੁਸੀਂ ਕਦੇ ਨਹੀਂ ਕਹਿੰਦੇ ਵੀ ਇਹ ਮੇਰੇ ਕੋਲ ਹੈ ਨਹੀਂ। ਉੱਚਾ ਅਗਮ ਅਪਾਰ ਪ੍ਰਭ ਕਥਨ ਨਾ ਜਾਏ ਅਕਥ, ਨਾਨਕ ਪ੍ਰਭ ਸਰਨਾਗਤੀ ਰਾਖਣ ਕੋ ਸਮਰੱਥ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਦੇਵੇ। ਫਿਰ ਬਚਨ ਹੈ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ, ਤੁਸੀਂ ਸ਼ਰਨ ਵਿੱਚ ਰੱਖਣ ਦੇ ਯੋਗ ਹੋ। ਸਰਨ ਜੋਗੰ ਸੰਤ ਪ੍ਰੇਯ ਨਾਨਕ, ਕਿ ਤੁਸੀਂ ਆਪਣੇ
ਸੰਤਾਂ ਦੇ ਭਗਤਾਂ ਦੇ ਗੁਰਮੁਖਾਂ ਦੇ ਪਿਆਰੇ ਹੋ, ਕਿਉਂਕਿ ਜਿਹੜੇ ਰੱਬ ਦੇ ਪਿਆਰੇ ਨੇ ਉਹ ਰੱਬ ਨੂੰ ਸਭ ਤੋਂ ਜ਼ਿਆਦਾ ਪ੍ਰੇਮ ਕਰਦੇ ਨੇ। ਆਹੀ ਨਿਸ਼ਾਨੀਆਂ ਨੇ ਉਹਨਾਂ ਦੀ। ਮੇਰੇ ਰਾਮ ਰਾਏ ਤੂੰ ਸੰਤਾਂ ਕਾ, ਬਹੁਤ ਵਾਰੀ ਪੜ੍ਹਦੇ ਨੇ ਸ਼ਬਦ, ਇਹਦੇ ਵਿੱਚ ਹੀ ਪਿਆ ਸਾਰਾ ਕੁਛ। ਕਿੰਨਾ ਪਿਆਰਾ ਵਚਨ ਹੈ, ਮੇਰੇ ਰਾਮ ਰਾਏ ਤੂੰ ਸੰਤਾਂ ਕਾ। ਜੀ ਸਾਡੇ ਵਰਗਾ ਤਰਾਜ ਕਰੇ ਵੀ ਸਾਡਾ ਨਹੀਂ ਹੈ, ਤੂੰ ਉਹਨਾਂ ਦਾ ਕਾਹਤੋਂ ਬਣਿਆ ਫਿਰਦਾ। ਪਰ ਅੱਗੇ ਕਿਹਾ ਸੰਤ ਤੇਰੇ, ਪਹਿਲਾਂ ਉਹਦੇ ਬਣੇ ਨੇ, ਉਹ ਫਿਰ ਉਹਨਾਂ ਦਾ ਬਣ ਗਿਆ। ਇਹ ਤਾਂ ਲੈਣ ਦੇਣਾ ਨਾ। ਰੱਬ ਦੇ ਪਿਆਰੇ ਕਹਿੰਦੇ ਵੀ ਤੇਰੇ ਤੋਂ ਬਿਨਾਂ ਸਾਡਾ ਕੋਈ ਨਹੀਂ, ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ। ਰੱਬ ਕਹਿੰਦਾ ਜੇ ਤੁਹਾਡਾ ਮੇਰੇ ਤੋਂ ਬਿਨਾਂ ਕੋਈ ਨਹੀਂ ਤੇ ਮੇਰਾ ਤੁਹਾਡੇ ਤੋਂ ਬਿਨਾਂ ਕੋਈ ਨਹੀਂ। ਇਹ ਨੇੜਤਾ ਹੈ, ਉਹ ਆਪਣੇ ਭਗਤਾਂ ਨੂੰ ਬਹੁਤ ਪਿਆਰ ਕਰਦਾ ਤੇ ਭਗਤ ਵੀ ਉਹਨੂੰ ਬਹੁਤ ਪਿਆਰ ਕਰਦੇ ਨੇ। ਸੰਤ ਪ੍ਰਿਯ ਨਾਨਕ ਸੋ ਭਗਵਾਨ, ਨਿਸ਼ਾਨੀ ਦੱਸਦੇ ਨੇ, ਕਹਿੰਦੇ ਉਹ ਜਿਹੜਾ ਅਕਾਲ ਪੁਰਖ ਹੈ ਸਾਰਿਆਂ ਦਾ ਮਾਲਕ ਹੈ। ਖੇਮੰ ਕਰੋਤ, ਖੇਮੰ ਹੁੰਦਾ ਰੱਖਿਆ ਕਰਨੀ, ਉਹ ਸਾਰਿਆਂ ਦੀ ਰੱਖਿਆ ਕਰਦਾ। ਜਿੱਥੇ ਵੀ ਕੋਈ ਉਹਨੂੰ ਅਰਾਧ ਲਵੇ ਨਾ, ਯਾਦ ਕਰ ਲਵੇ, ਉੱਥੇ ਆ ਜਾਂਦਾ। ਜਿੱਥੇ ਹਰ ਆਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਇੱਕ ਗੱਲ ਸੋਚਣ ਵਾਲੀ ਹੈ ਜੀ, ਆਪਾਂ ਹੁਣ ਇੱਥੇ ਬੈਠੇ ਹਾਂ, ਸਾਡੇ ਰਿਸ਼ਤੇਦਾਰ ਸੰਬੰਧੀ ਸੱਜਣ ਮਿੱਤਰ ਵੱਖ ਵੱਖ ਦੇਸ਼ਾਂ 'ਚ ਨੇ, ਉੱਥੇ ਤਾਂ ਜ਼ਿਆਦਾ ਨੇ। ਜਿਹੜੀ ਸਾਡੀ ਮਾਤ ਭੂਮੀ ਹੈ ਪੰਜਾਬ ਦੇਸ਼ ਸਾਡਾ, ਉਹ ਸਾਨੂੰ ਚੇਤੇ ਕਰਦੇ ਆ, ਆਪਾਂ ਉਹਨਾਂ ਨੂੰ ਚੇਤੇ ਕਰਦੇ ਹਾਂ। ਕਿਰਤ ਦੇ ਬੰਨੇ ਹੋਏ ਆਪਾਂ ਬੈਠੇ ਹਾਂ ਇੱਥੇ। ਹੁਣ ਜਿਹਨਾਂ ਨੂੰ ਚੇਤੇ ਕਰਦੇ ਆ ਉਹ ਇੱਥੇ ਥੋੜ੍ਹਾ ਆਉਂਦੇ ਨੇ, ਜੇ ਆਉਣਾ ਹੋ ਉਹਨਾਂ ਨੇ ਤਾਂ ਪੇਪਰ ਵਰਕ ਹੋਣਾ ਪਹਿਲਾਂ, ਪਾਸਪੋਰਟ ਬਣਾਉਣਗੇ, ਵੀਜ਼ਾ ਲਵਾਉਣਗੇ, ਟਿਕਟ ਲੈਣਗੇ, ਜਹਾਜ਼ ਚੜ੍ਹਨਗੇ, ਇੱਥੇ ਆਉਣਗੇ। ਕਿੰਨਾ ਕੁਝ ਕਰਨਾ ਪਊ। ਮੇਰੇ ਕਹਿਣ ਦਾ ਮਤਲਬ, ਜਿਹਨਾਂ ਨੂੰ ਆਪਾਂ ਯਾਦ ਕਰਦੇ ਹਾਂ, ਸਾਡੇ ਯਾਦ ਕਰਨ ਨਾਲ ਉਹਨਾਂ ਨੇ ਸਾਡੇ ਕੋਲ ਆ ਨਹੀਂ ਜਾਣਾ, ਪਰ ਇੱਕ ਤਾਕਤ ਹੈ, ਜਿਹਨੂੰ ਯਾਦ ਕਰੋਗੇ ਨਾ ਉਹਨੂੰ ਕਿਸੇ ਵੀਜ਼ੇ ਲੈਣ ਦੀ ਲੋੜ ਨਹੀਂ ਆ, ਉਹਨੂੰ ਪਾਸਪੋਰਟ ਦੀ ਵੀ ਲੋੜ ਨਹੀਂ, ਉਹਨੂੰ ਟਿਕਟ ਦੀ ਵੀ ਲੋੜ ਨਹੀਂ। ਜਿੱਥੇ ਵੀ ਅਰਾਧ ਲਉਂਗੇ ਉੱਥੇ ਆ ਜਾਊ। ਭਾਈ ਬਿਧੀ ਚੰਦ ਨੇ ਭੱਠ 'ਚ ਬਹਿ ਕੇ ਅਰਾਧ ਲਿਆ ਸੀ, ਭੱਠ 'ਚ ਬਹਿ ਗਿਆ ਸੀ ਭਾਈ ਬਿਧੀ ਚੰਦ, ਅਤੇ ਗੁਰੂ ਨੂੰ ਯਾਦ ਕਰਦਾ, ਗੁਰੂ ਉੱਥੇ ਪਹੁੰਚ ਗਿਆ। ਕਿ ਗੁਰੂ ਨੇ ਜਵਾਬ ਦਿੱਤਾ? ਨਹੀਂ। ਜਿੱਥੇ ਵੀ ਉਹਨੂੰ ਅਰਾਧ ਲਵੇ ਉੱਥੇ ਹੀ ਆਉਂਦਾ ਉਹ। ਜਿੱਥੇ ਹਰ ਆਰਾਧੀ ਹੈ ਜਿੱਥੇ ਹਰ ਮਿੱਤ ਸਹਾਈ। ਅੱਗੇ ਪਾਤਸ਼ਾਹ ਜੀ ਬਚਨ ਕਰਦੇ ਨੇ, ਜਿੱਥੇ ਨਾਮ ਦੀਆਂ ਇੰਨੀਆਂ ਬਰਕਤਾਂ ਨੇ, ਸੇਵਾ ਦੀਆਂ ਕੀ ਬਰਕਤਾਂ ਨੇ, ਮਹਾਰਾਜ ਜੀ ਬਚਨ ਕਰਦੇ ਹਨ। ਪਾਚਨ ਕ੍ਰੋਧ ਅਗਰ ਨੀ ਵਹਿ, ਨਿਰਾਸਨ ਆਸ ਪੂਰਨ ਹੈ। ਪਾਸ਼ਨ ਕ੍ਰੋਧ, ਜਿਹੜੇ ਇਨਸਾਨ ਮਾਇਆ ਕਰਕੇ ਧਨ ਪਦਾਰਥ ਕਰਕੇ ਜੀਵਨ ਕਰਕੇ ਪਿੱਛੇ ਨੇ, ਪਿੱਛੇ ਰਹਿ ਗਏ, ਪਛੜ ਗਏ, ਪਾਤਸ਼ਾਹ ਜੀ ਕਹਿੰਦੇ ਅੱਗੇ ਵੀ ਆ ਸਕਦੇ ਨੇ, ਅੱਗੇ ਜਾ ਸਕਦੇ ਨੇ ਹਰ ਪ੍ਰਕਾਰ ਕਰਕੇ। ਨਿਰਾਸੰ ਆਸ ਪੂਰਨ ਹੈ, ਜਿਹੜੇ ਨਿਰਾਸ਼ ਹੋ ਕੇ ਬਹਿ ਗਏ ਵੀ ਆਸ ਕਿਤੇ ਪੂਰੀ ਨਹੀਂ ਹੋਈ, ਝੋਲੀ 'ਚ ਕੁਝ ਪਈ ਨਹੀਂ, ਬੜਾ ਕੁਝ ਮੰਗਿਆ ਨਹੀਂ ਮਿਲਿਆ, ਢੇਰੀਆਂ ਢਾ ਕੇ ਬਹਿ ਗਏ, ਕਹਿੰਦੇ ਉਹਨਾਂ ਦੀ ਆਸ ਪੂਰੀ ਹੁੰਦੀ ਹੈ। ਨਿਰਧਨ ਭਯੰ ਧਨਵੰਤ ਹੈ, ਜਿਹੜੇ ਨਿਰਧਨ ਨੇ, ਧਨ ਪਦਾਰਥ ਕੋਈ ਨਹੀਂ, ਨਾ ਬਾਹਰਲਾ ਨਾ ਅੰਦਰਲਾ,
ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਇਹ ਜੀ ਕਲਕੱਤੇ ਪਹੁੰਚੇ ਤਾਂ ਕੀ ਹੋਇਆ, ਡਾਟਾ ਇਕੱਠ ਹੋਇਆ ਸਟੇਸ਼ਨ ਦੇ ਉੱਪਰ, ਜਦੋਂ ਜਾ ਕੇ ਗੱਡੀ ਰੁਕੀ ਰੇਲਵੇ 'ਤੇ ਤਾਂ ਉਹ ਵਕਤ ਸੰਗਤਾਂ ਲੈਣ ਆ ਗਈਆਂ ਇਹਨਾਂ ਨੂੰ। ਇਹਨਾਂ ਦਾ ਸੁਭਾਅ ਸੀ ਕਿਸੇ ਤੋਂ ਪੈਰੀ ਹੱਥ ਗੋਡੀ ਹੱਥ ਨਹੀਂ ਸੀ ਲਵਾਉਂਦੇ। ਕੀ ਕਹਿੰਦੇ ਸੀ, ਭਾਈ ਫਤਿਹ ਬੁਲਾਓ ਸਾਰੇ ਜਾਣੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਣ ਜਿੱਥੇ ਵੀ ਹੋਵੇ ਜਿਹੜੇ ਸਤਿਪੁਰਸ਼ ਵਿੱਚ, ਜਿਹੜੇ ਖਾਸ ਕਰਕੇ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਸਮਰਪਿਤ ਨੇ, ਉਹ ਸਾਧੂਆਂ ਨੂੰ ਕਦੇ ਭੁੱਲਣਾ ਨਹੀਂ ਚਾਹੀਦਾ। ਅਤੇ ਜਿਹੜੇ ਪਖੰਡੀ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਲੈ ਕੇ ਆਪਣੀਆਂ ਗੱਦੀਆਂ ਚਲਾਉਂਦੇ ਨੇ, ਉਹਨਾਂ ਤੋਂ ਅਸੀਂ ਕਿਨਾਰਾ ਵੀ ਕਰਨਾ, ਇਹ ਬਰਾਬਰ ਹੀ ਹੈ ਸਾਰਾ ਕੁਛ। ਤਾਂ ਸੰਤ ਜੀ ਪਹੁੰਚ ਗਏ ਅਤੇ ਸਾਰੀ ਸੰਗਤ ਆ ਕੇ ਵਾਰੋ ਵਾਰੀ ਫਤਿਹ ਦੀ ਸਾਂਝ ਪਾਵੇ, ਕਿ ਪਿੱਛੇ ਜੇ ਖੜਾ ਸੀ। ਇੱਧਰੋਂ ਸੇਵਾਦਾਰ ਕਹਿਣ ਲੱਗੇ, ਬਾਬਾ ਜੀ ਵੀ ਤੁਹਾਨੂੰ ਪਤਾ ਵੀ ਉਹ ਕੌਣ ਹੈ? ਕਹਿੰਦੇ ਨਾ ਭਾਈ ਮੈਨੂੰ ਤਾਂ ਪਤਾ ਨਹੀਂ। ਕਹਿੰਦੇ ਜੀ ਕਲਕੱਤੇ ਦਾ ਸਭ ਤੋਂ ਅਮੀਰ ਸਿੱਖ ਹੈ ਇਹ, ਅਮੀਰ ਸਿੱਖ। ਬਾਬਾ ਜੀ ਕਹਿੰਦੇ ਅੱਛਾ, ਕੀ ਕਰਦਾ ਹੁੰਦਾ? ਕਹਿੰਦੇ ਜਿਹੜੇ ਪੰਜਾਬ ਤੋਂ ਪ੍ਰਚਾਰਕ ਆਉਂਦੇ ਆ ਨਾ, ਪੰਜਾਬ ਤੋਂ ਪ੍ਰਚਾਰਕ ਆਉਂਦੇ ਨੇ, ਜੇ ਇਹਨਾਂ ਦੀ ਥੋੜ੍ਹੀ ਮੋਟੀ ਵਡਿਆਈ ਕਰ ਦੇਣ, ਇਹ ਗੱਡੀ ਦੀਆਂ ਚਾਬੀਆਂ ਦੇ ਦਿੰਦੇ ਨੇ ਉਹਨਾਂ ਨੂੰ। ਉਹ ਵਕਤ ਬਾਬਾ ਕਰਤਾਰ ਸਿੰਘ ਨੇ ਵਚਨ ਕੀਤੇ, ਕੀ ਕਿਹਾ? ਕਹਿੰਦੇ ਦੁਬਾਰੇ ਬੋਲਿਓ ਕੌਣ ਹੈ? ਕਹਿੰਦੇ ਜੀ ਕਲਕੱਤੇ ਦਾ ਸਭ ਤੋਂ ਅਮੀਰ ਸਿੱਖ। ਕਹਿੰਦੇ ਅਮੀਰ ਨਹੀਂ, ਕੰਗਾਲ ਹੈ, ਇਹ ਕੰਗਾਲ ਹੈ, ਤੁਹਾਨੂੰ ਕੰਗਾਲੀ ਨਹੀਂ ਦਿਸਦੀ ਇਹਦੀ, ਮੈਨੂੰ ਦਿਸਦੀ। ਇਹਦੇ ਕੋਲ ਬਾਹਰਲੇ ਆ ਕਾਗਜ਼ਾਂ ਦੇ ਨੋਟ ਹੋ ਸਕਦੇ ਆ, ਪਰ ਅਸਲੀ ਧਨ ਤੋਂ ਇਹ ਖਾਲੀ ਹੈ। ਅਸਲੀ ਧਨ ਜਿਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਆ, ਇਹੋ ਧਨ ਅਖੁੱਟ ਨਾ ਨਖੁੱਟੈ ਨਾ ਜਾਏ, ਉਹ ਅਸਲੀ ਧਨ ਦਾ ਉਹ ਆ ਨਾ। ਉੱਥੇ ਫਿਰ ਤੁਕ ਪੜ੍ਹੀ ਸੀ ਬਾਬਾ ਕਰਤਾਰ ਸਿੰਘ ਜੀ ਨੇ, ਕੀ ਕਹੇ, ਕੀ ਕਿਹਾ ਉਹਨਾਂ ਨੇ? ਜਿਨਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ। ਫਕੀਰ ਦਾ ਇੱਥੇ ਅਰਥ ਹੈ ਕੰਗਾਲ, ਮੰਗਤਾ, ਭਿਖਾਰੀ। ਕਹਿੰਦੇ ਜਿਹਨਾਂ ਕੋਲ ਸਿਰਫ ਤੇ ਸਿਰਫ ਸੰਸਾਰ ਦਾ ਧਨ ਹੈ, ਨਾ ਸੇਵਾ, ਨਾ ਸਿਮਰਨ ਹੈ, ਨਾ ਸੰਗਤ ਹੈ, ਕੌਣ ਨੇ ਜੀ ਉਹ? ਧਰਮ ਦੀ ਨਿਗਾਹ 'ਚ ਕੰਗਾਲ। ਜਿਨਕੈ ਪੱਲੈ ਧਨ ਵਸੈ ਤਿਨਕਾ ਨਾਉ ਫਕੀਰ, ਜਿਸ ਕੈ ਹਿਰਦੈ ਤੂੰ ਵਸੈ। ਜਿਹਦੇ ਹਿਰਦੇ ਵਿੱਚ ਉਹ ਵਸ ਗਿਆ, ਤੇ ਨਰ ਗੁਣੀ ਗਹੀਰ। ਕਹਿੰਦੇ ਬਹੁਤ ਡੂੰਘੇ ਨੇ ਉਹ, ਤਾਂ ਅਸਲੀ ਧਨੀ ਤਾਂ ਉਹ ਨੇ, ਅਸਲੀ ਧਨੀ ਜਿਹਨਾਂ ਦੇ ਅੰਦਰ ਨਾਮ ਧਨ ਹੈ। ਕਿਹਾ ਨਾ ਗੁਰੂ ਅਰਜਨ ਮਹਾਰਾਜ ਨੇ, ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਦਾਨਾ। ਕਿਹੜਾ ਖਜ਼ਾਨਾ ਇਹ? ਜਾਂ ਫਿਰ ਵਚਨ ਹੈ, ਭਾਗ ਠੜੇ ਹਰ ਸੰਤ ਤੁਮਾਰੇ, ਜਿਨ ਕਾਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇਈ ਆਏ ਸਫਲ ਤਿਨਾ ਕੇ ਕੰਮ। ਜਾਂ ਫਿਰ ਵਚਨ ਹੈ, ਕਿਨਹੀ ਬਣ ਜਿਆ ਕਾਂਸੀ ਤਾਂਬਾ, ਕਿਨਹੀ ਲੌਂਗ ਸੰਪਾਰੀ, ਸੰਤੋ ਬਣ ਜਿਆ ਨਾਮ ਗੋਬਿੰਦ ਕਾ, ਐਸੀ ਖੇਪ ਹਮਾਰੀ। ਇੱਥੇ ਪਾਤਸ਼ਾਹ ਕੀ ਕਹਿ ਰਹੇ ਆ? ਕਹਿੰਦੇ ਜਿਹੜੇ ਨਿਰ ਧਨ ਨੇ, ਭਯੰ ਧਨਵੰਤ ਹੈ। ਕਹਿੰਦੇ ਬਾਹਰਲਾ ਧਨ ਵੀ ਤੇ ਅੰਦਰਲਾ ਨਾਮ ਧਨ ਵੀ ਉਹਨਾਂ ਨੂੰ ਮਿਲਦਾ ਹੈ। ਤਨ ਦੇ ਰੋਗ ਵੀ, ਮਨ ਦੇ ਰੋਗ ਵੀ ਖੰਡੇ ਟੁਕੜੇ ਜਾਂਦੇ ਹਨ, ਦੂਰ ਹੋ ਜਾਂਦੇ ਹਨ। ਜਿਹੜੇ ਭਗਤ ਜਨ ਨੇ ਰੱਬ ਦੇ ਪਿਆਰੇ, ਉਹਨਾਂ ਨੂੰ ਭਗਤੀ ਦਾ ਦਾਨ ਵੀ ਮਿਲ ਜਾਂਦਾ ਹੈ। ਰਮੇ ਹੋਏ ਅਕਾਲ ਪੁਰਖ ਪਰਮਾਤਮਾ ਦੇ ਜਿਹੜੇ ਗੁਣ ਨੇ, ਉਹਦੀ ਸਿਫਤ ਸਲਾਹ ਹੈ,
ਉਹ ਵੀ ਉਹਨਾਂ ਨੂੰ ਮਿਲ ਜਾਂਦੀ ਹੈ। ਪਾਰ ਬ੍ਰਹਮ ਪੁਰਖ ਦਾਤਾਰ ਹੈ ਨਾਨਕ। ਹੁਣ ਦੱਸਿਆ ਮਹਾਰਾਜ ਨੇ ਵੀ ਮਿਲਦਾ ਕਿੱਥੋਂ ਆ ਇਹ ਸਾਰਾ ਕੁਛ। ਹੁਣ ਤੱਕ ਉੱਪਰਲੀਆਂ ਪੰਗਤੀਆਂ ਜੋ ਮਹਾਰਾਜ ਨੇ ਕਿਹਾ ਨਾ ਵੀ ਜਿਹੜੇ ਪਿੱਛੇ ਰਹਿ ਗਏ ਭਾਈ ਧਾਨ ਕਰਕੇ ਜੀਵਨ ਕਰਕੇ ਅੱਗੇ ਆ ਜਾਂਦੇ ਨੇ, ਜਿਹੜੇ ਨਿਰਾਸ਼ ਹੋ ਕੇ ਬਹਿ ਗਏ ਉਹਨਾਂ ਦੀ ਆਸ ਪੂਰੀ ਹੋ ਜਾਂਦੀ ਹੈ, ਜਿਹੜੇ ਨਿਰਧਨ ਨੇ ਉਹਨਾਂ ਨੂੰ ਧਨ ਮਿਲ ਜਾਂਦਾ, ਜਿਹੜੇ ਰੋਗੀ ਨੇ ਉਹਨਾਂ ਦੇ ਰੋਗ ਖੰਡੇ ਜਾਂਦੇ ਨੇ, ਦੂਰ ਹੋ ਜਾਂਦੇ ਨੇ, ਅਤੇ ਜਿਹੜੇ ਭਗਤ ਜਨ ਨੇ ਉਹਨਾਂ ਨੂੰ ਭਗਤੀ ਦਾ ਦਾਨ ਮਿਲ ਜਾਂਦਾ, ਰਮੇ ਹੋਏ ਪਰਮਾਤਮਾ ਦੀ ਸੇਵਤ ਸਲਾਹ ਉਹਨਾਂ ਨੂੰ ਮਿਲ ਜਾਂਦੀ ਹੈ। ਪਰ ਮਿਲਦੀ ਕਿੱਥੋਂ ਹੈ ਉਹ ਹੁਣ ਅਖੀਰਲੀ ਤੋਂ ਪੁੱਛ। ਕੀ ਕਹਿੰਦੇ ਪਾਤਸ਼ਾਹ? ਪਾਰ ਬ੍ਰਹਮ, ਕਿਵੇਂ ਅਰਥ ਨਿਕਲਣਾ ਇਹਦਾ? ਪਾਰ ਦਾ ਅਰਥ ਹੁੰਦਾ ਪਰੇ, ਕੀ ਤੋਂ? ਪੁੰਨਾ ਅਤੇ ਪਾਪਾਂ ਤੋਂ। ਕਾਲ ਪੁਰਖ ਵਾਹਿਗੁਰੂ ਜੀ, ਬ੍ਰਹਮ ਵਿਆਪਕ, ਤਾਂ ਕਰਕੇ ਕਹਿੰਦੇ ਨੇ ਪਾਰ ਬ੍ਰਹਮ, ਜਿਹੜਾ ਪੁੰਨਾ ਅਤੇ ਪਾਪਾਂ ਤੋਂ ਪਰੇ ਹੈ, ਹਰ ਜਗ੍ਹਾ 'ਤੇ ਵਿਆਪਕ ਹੈ। ਪੂਰਨ ਪੁਰਖ ਹਰ ਜਗ੍ਹਾ 'ਤੇ ਪੂਰਿਆ ਹੋਇਆ ਹੈ, ਦਾਤਾਰ ਹੈ ਅਤੇ ਸਾਰੀਆਂ ਦਾਤਾਂ ਦਾ ਦੇਣਹਾਰ ਹੈ, ਮਾਲਕ ਹੈ। ਨਾਨਕ, ਇਹ ਨਾਨਕ ਪਦ ਦੀ ਮੋਹਰ ਲਾਈ ਹੈ ਪੰਜਵੇਂ ਪਾਤਸ਼ਾਹ ਨੇ। ਗੁਰ ਸੇਵਾ ਕੇ ਨਾ ਲੱਭੇ ਆਦੇ, ਗੁਰੂ ਦੀ ਸੇਵਾ ਕਰਕੇ ਦੱਸੋ ਭਾਈ ਕਿਸੇ ਨੂੰ ਕਿਹੜੀ ਚੀਜ਼ ਨਹੀਂ ਮਿਲਦੀ, ਮਤਲਬ ਕਿ ਸਾਰਾ ਕੁਝ ਹੀ ਮਿਲ ਜਾਂਦਾ ਜਿਹੜੇ ਗੁਰੂ ਦੀ ਸੇਵਾ ਕਰਦੇ ਨੇ। ਗੁਰ ਸੇਵਾ 'ਤੇ ਸੁੱਖ ਉਪਜੈ, ਫਿਰ ਦੁੱਖ ਨਾ ਲੱਗੈ ਆਏ, ਗੁਰੂ ਕਿਰਪਾ ਕਰੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਜੀ, ਹੋਈਆਂ ਬੇਅੰਤ ਭੁੱਲਾਂ। ਗੁਰੂ ਮਹਾਰਾਜ ਸਤਿਗੁਰਾਂ ਦੀ ਸਾਜੀ ਨਿਵਾਜੀ ਸੰਗਤ ਬਖਸ਼ਣ ਯੋਗ ਹੈ, ਬਖਸ਼ ਲੈਣਾ। ਨੌਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਇੱਕ ਵਾਰ ਫਿਰ ਤੋਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ। ਆਓ ਅਨੰਦ ਸਾਹਿਬ ਜੀ ਪੌੜੀਆਂ ਜਾ ਅਰਦਾਸ ਬੇਨਤੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕ ਓਅੰਕਾਰ, ਸਤਿਗੁਰ ਪ੍ਰਸਾਦ, ਆਨੰਦ ਭਇਆ ਮੇਰੀ।